ਸਾਨੂੰ ਤਾਂ ਪਿੰਡ ਦੇ ਬੰਦੇ ਆਏ ਸਾਡੇ ਘਰੇ ਕਹਿੰਦੇ ਵੀ ਤੁਸੀਂ ਦਰਖਤ ਪਟਾ ਰਹੇ ਹੋ ਸ਼ਾਮਲਾ ਦਵੀਨ ਦੇ ਵਿੱਚੋਂ ਮੈਂ ਮੇਰਾ ਭਰਾ ਖੜਾ ਨਾਲ ਰঞ্জੀਤ ਮਾਨ ਪੰਚਾਇਤ ਮੈਂਬਰੀ ਅਸੀਂ ਕਿਹਾ ਵੀ ਸਾਨੂੰ ਤਾਂ ਬਿਲਕੁਲ ਨਹੀਂ ਪਤਾ ਕਹਿੰਦਾ ਮੈਨੂੰ ਸਰਪੰਚ ਕਹਿੰਦਾ ਵੀ ਤੂੰ ਇਹਨੂੰ ਮਤਲਬ ਕਿ ਦਰਖਤ ਪੱਟਦੇ ਦਰਖਤ ਪੱਟ ਕੇ ਆ ਤੇ ਵੇਚਦੇ ਪੈਸੇ ਆਪਦੇ ਉਧਰੋਂ ਪੂਰੇ ਕਰ ਲੈ ਸਾਬ ਜੀ ਇੱਥੇ ਪਹੁੰਚ ਚੁੱਕੇ ਨੇ ਹਾਂਜੀ ਸਰਪੰਚ ਸਾਹਿਬ ਕਹਿੰਦੇ ਜੀ ਦਰਾਖਤ ਪੱਟੀ ਜਾਂਦੇ ਹੋ ਸਰਕਾਰਾਂ ਤਾਂ ਕਹਿ ਰਹੀਆਂ ਨੇ ਦਰਾਖਤ ਸਾਰੀ ਪੰਚਾਇਤ ਦੀ ਸਹਿਮਤੀ ਨਾਲ ਪੱਟੇ ਆ ਜੀ ਇਹ ਕਹਿੰਦੇ ਵੀ ਵਿੱਚ ਆਉਂਦੇ ਨੇ ਪੱਟ ਦੋ ਕਿਹੜੀ ਮਨਜ਼ੂਰੀ ਤਾਂ ਮਿਲਣੀ ਨਹੀਂ ਇਹ ਤਾਂ ਸਾਨੂੰ 3-4 ਦਿਨਾਂ ਤੋਂ ਕਾਲ ਕਰ ਰਹੇ ਨੇ ਜੀ ਕਹਿੰਦੇ ਸਾਡੇ ਪਿੰਡ ਇਹ ਕੰਮ ਹੋ ਰਿਹਾ ਏ ਮਿਲ ਤੁਸੀ ਆ ਕੇ ਖਬਰ ਕਰੋ ਤੇ ਇੱਥੇ ਦਰਾਖਤ ਪੱਟੇ ਜਾ ਰਹੇ ਨੇ ਬਹੁਤ ਗਲਤ ਕੰਮ ਹੋ ਰਿਹਾ ਸਾਨੂੰ ਫੋਨ ਕਰਦੇ ਹੁਣ ਤੇ ਇਹ ਹੁਣ ਇੱਥੇ ਗੱਲ ਦਰਾਖਤਾਂ ਦੀ ਚੱਲ ਰਹੀ ਹੈ ਜੀ ਕਹਿੰਦੇ ਵੰਡ ਵੰਡਈਏ ਪੈਸੇ ਜਿਹੜਾ ਪੈਸਾ ਆਉਣਾ ਸੀ ਇਹ ਵੰਡਣਾ ਫੇਰ ਤਾਂ ਹੋਰ ਗਰਾਂਟਾ ਵੀ ਵੰਡਦੇ ਹੋਮੇਗੇ ਅਸੀਂ ਵਿੱਚ ਕਸੂਰवार ਹੋਏ 1 ਰੁਪਿਆ ਖਾਦਾ ਹੋਇਆ ਅਸੀਂ ਸਰਪੰਚ ਦੇ ਬਰਾਬਰ ਦੇ ਸਜ਼ਾ ਭੁਗਤਣ ਦੇ ਹੱਕਦਾਰ ਆਂ ਭਲਾੜਾਤ ਹੋਈ ਇਸ ਕਾਂਗਰਸ ਸਰਕਾਰ ਮੇਰੇ ਇਕੱਲੇ ਇਕੱਲੇ ਬੰਦੇ ਨੂੰ ਜਿੰਨੇ 181 ਕਿਹਨੇ ਕਿਹਨੇ ਇਕੱਲੇ ਇਕੱਲੇ ਬੰਦੇ ਨੂੰ 50-50 ਰੁਪਏ ਇਕੱਠੇ ਕੀਤੇ ਸਰਪੰਚ ਨੇ ਮੈਂ ਹਰ ਵਿਰੋਧ ਕੀਤਾ ਮੈਂ ਸਰਪੰਚ ਗਲਤ ਕੰਮ ਕਰ ਰਿਹਾ ਤੂੰ ਪੱਤਰਕਾਰ ਜੀ 1 ਰੁਪਈਆ ਤਾਂ ਸਾਫ ਤੋਂ ਹੋ ਜਵੇ ਵੀ ਅਸੀਂ ਇਹ ਤਾਂ ਕਦੇ ਚਾਹ ਦਾ ਕੱਪ ਵੀ ਪੀਤਾ ਜੀ ਮੈਂ ਕਹਿੰਦਾ ਧੌਣ ਲਾ ਦਿਓ ਸਾਡੇ ਜੀ ਇੱਕ ਇੱਕ ਸਰਬੰਚ ਗੱਲ ਸੁਣ ਇੱਧਰ ਆਣਾ ਇੱਧਰ ਗੱਲ ਸੁਣ ਇੱਧਰ ਸਾਹਮਣੇ ਆੜ ਤੋਂ ਜ਼ਮੀਨ ਦਾ ਵੀ ਫਿਰ ਹਿੱਸਾ ਪਾਇਆ ਹੋਊਗਾ ਜੀ ਮਾੜਮ ਫਿਰਦੇ ਨੇ ਮੇਰੇ ਮਗਰ ਮੈਂ ਦੰਦਾ ਨਹੀਂ ਕਿਸੇ ਨੂੰ ਵੀ ਇੱਕ ਰੁਪਿਆ ਜੀ ਅੱਜ ਸਮਾਂ ਇਹਨਾਂ ਦਾ ਹੈਗਾ ਇਹ ਚੀਜ਼ ਕਰਨ ਦਾ ਇਹ ਨਹੀਂ ਕਰ ਸਕਦੇ ਮੈਨੂੰ ਸਾ ਇੱਕ ਵਾਰੀ ਦੇ ਕੇ ਦੇਖਣ ਜੇ ਨਾ ਮੁੱਖ ਮੰਤਰੀ ਇੱਥੇ ਘੁੰਮੇ ਨਾ ਫਿਰ ਮੈਨੂੰ ਕਹਿਣ ਉਹ ਜੀ ਕਹਿੰਦੇ ਜੀ ਇੱਕ ਵਾਰਾ ਤੁਹਾਡੇ ਕੋਲ ਟਾਈਮ ਸੀਗਾ ਤੁਹਾਤੋਂ ਨਹੀਂ ਹੋਇਆ ਕਹਿੰਦੇ ਇੱਕ ਵਾਰ ਮੌਕਾ ਦੇ ਕੇ ਪੰਚਾਇਤੀ ਜ਼ਮੀਨ ਦੀ ਮਿੱਟੀ ਵੇਚੀ ਗਈ ਆ ਉਹਦੇ ਵਿੱਚ ਖੱਡੇ ਪਾਤੇ ਇਹਨਾਂ ਨੇ ਜ਼ਮੀਨ ਨਿਵੀਂ ਕਰਤੀ ਉਹ ਉਹਦੀਆਂ ਮਨਜ਼ੂਰੀਆਂ ਕਿਸੇ ਨੇ ਲੈਤੀਆਂ ਮਸਲਾ ਹੋਰ ਆ ਗਿਆ ਇਹ ਕਹਿੰਦੇ ਮਿੱਟੀ ਵੇਚਤੀ ਜਨਾਬ ਇਹਦੇ ਕੋਲ ਘਰ-ਬਾਰ ਸਾਰਾ ਕੁਝ ਸੀਗਾ ਜੀ ਇਹਨਾਂ ਨੇ ਨਾ ਇੱਕ ਮੈਸ ਖੋਲੀ ਸੀ ਚੋਰੀ ਤੋਂ ਉਸ ਚੋਰੀ ਨੂੰ ਨਵਟਾਉਣ ਲੱਗੇ ਹੀ ਇਹਦਾ ਘਰ-ਬਾਰ ਵਿਗ ਗਿਆ ਸਾਰਾ ਕੁਝ ਘਰ ਬੇਚ ਕੇ ਛੁੱਟਿਆ ਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਇੱਕ ਰੁੱਖ 100 ਸੁੱਖ ਅਕਸਰੀ ਸੁਣਦੇ ਆ ਕਿ ਰੁੱਖ ਵਾਤਾਵਰਨ ਨੂੰ ਸ਼ੁੱਧ ਕਰਦੇ ਨੇ ਜੇ ਰੁੱਖ ਹੈ ਤਾਂ ਜੀਵਨ ਹੈ ਰੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਧਰਤੀ ਨੂੰ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਸਰਕਾਰਾਂ ਵੱਲੋਂ ਯਤਨ ਕੀਤੇ ਜਾਂਦੇ ਨੇ ਕਿ ਵੱਧ ਤੋਂ ਵੱਧ ਰੁੱਖ ਨੇ ਜਿਹੜੇ ਉਹ ਲਗਾਏ ਜਾਣ ਇੱਥੋਂ ਤੱਕ ਕਿ ਅਸਲ ਇਹਦਾ ਲਾਇਸੈਂਸ ਕਰਵਾਉਣ ਦੇ ਲਈ ਵੀ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਪਹਿਲਾਂ 5 ਰੋਖ ਨੇ ਜਿਹੜੇ ਪੌਦੇ ਨੇ ਜਿਹੜੇ ਉਹ ਲਗਾ ਕੇ ਆਓ ਉਹਨਾਂ ਦੀਆਂ ਫੋਟੋਆਂ ਨਾਲ ਲਾਓ ਫਾਈਲ ਦੇ ਤਾਂ ਮਨਜ਼ੂਰੀ ਸੀਗੀ ਜਿਹੜੀ ਉਹ ਮਿਲਦੀ ਸੀ ਹੁਣ ਤਾਂ ਅਸਲੇ ਦੇ ਲਾਇਸੈਂਸ ਨੇ ਜਿਹੜੇ ਉਹ ਥੋੜੀ ਸਖਤੀ ਕਰ ਦਿੱਤੀ ਗਈ ਆ ਹਾਲਾਤ ਨੂੰ ਦੇਖਦੇ ਹੋਏ ਪਰ ਇਦਾਂ ਦੀਆਂ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਸੀ ਪਰ ਅੱਜ ਅਸੀਂ ਖੜੇ ਆ ਨਾਬਾ ਦੀ ਸਬ ਤਹਿਸੀਲ ਪਹਾਸੋਂ ਦਾ ਪਿੰਡਾ ਬਾਈਬਲਪੁਰ ਬਾਈਬਲਪੁਰ ਦੇ ਵਿੱਚ ਖੜੇ ਆ ਪਹਾਸੋਂ ਤੋਂ ਤਕਰੀਬਨ 1 ਕਿਲੋਮੀਟਰ ਦਾ ਫਰਕ ਆ ਜਦੋਂ ਆਪਾਂ ਫਤੇਗੜ ਸਾਹਿਬ ਨੂੰ ਜਾਣੇ ਆ ਤਾਂ ਰਸਤੇ 'ਚ ਪਿੰਡ ਪੈਂਦਾ ਏ ਉਥੋਂ ਦੀ ਪੰਚਾਇਤ ਵੱਲੋਂ ਜਿ ਇੱਕ ਅਜਿਹਾ ਕਾਰਨਾਮਾ ਕੀਤਾ ਗਿਆ ਉਥੋਂ ਦੇ ਸਰਪੰਚ ਤੇ આરોਪ ਲੱਗ ਰਹੇ ਨੇ ਕੇ ਪੰਚਾਇਤੀ ਜ਼ਮੀਨ ਦੇ ਵਿੱਚ ਜਿਹੜੇ ਰੁੱਖ ਲੱਗੇ ਸੀਗੇ ਪਲੇ ਸੀਗੇ ਤਕਰੀਬਨ ਕਾਫੀ ਲੰਬੀ ਉਮਰ ਸੀਗੀ ਵੱਡੇ ਰੁੱਖ ਸੀਗੇ ਉਹ ਪੱਟ ਦਿੱਤੇ ਗਏ ਨੇ ਇੱਕ ਰੁੱਖ ਨੂੰ ਪਾਲਣ ਦੇ ਲਈ ਤਕਰੀਬਨ 20-25 ਸਾਲ ਲੱਗਦੇ ਨੇ ਸੋ ਪਿੰਡ ਵਾਸੀ ਨੇ ਇੱਥੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਿੰਡ ਦੇ ਪਤਵੰਤ ਸੱਜਣ ਨੇ ਉਹਨਾਂ ਨਾਲ ਗੱਲ ਕਰਦੇ ਆਂ ਕੀ ਕਾਰਨ ਸਾਬਕਾ ਸਰਪੰਚ ਵੀ ਨੇ ਇੱਥੇ ਤੇ ਵੀਰ ਵੀ ਨੇ ਸਾਡੇ ਨਾਲ ਹਾਂਜੀ ਵੀਰ ਜੀ ਵੈਗਰੂ ਜੀ ਖਾਲਸਾ ਬੈਠਾ ਖਾਲਸਾ ਸ੍ਰੀ ਵੈਗਰੂ ਜੀ ਦੇ ਪਤੇ ਮੈਂ ਗਰਦੀਪ ਸਿੰਘ ਮੇਰੀ ਵਾਈਫ ਨੇ ਜੀ ਪੰਚਾਇਤ ਮੈਂਬਰ ਆ ਜੀ ਇਹ ਸਾਰੇ ਨਾ ਨਾ ਸਾਡੇ ਸ਼ਾਮਲਾ ਤਜਮੀਨ ਹੈ ਹੀ ਇਹਦੇ ਵਿੱਚ ਦਰਖਤ ਖੜੇ ਦੀ ਬਹੁਤ ਵੱਡੇ ਵੱਡੇ ਹੀ ਇਹਨਾਂ ਨੇ ਕਿਸੇ ਪੰਚਾਇਤ ਮੈਂਬਰ ਨਾਲ ਨਹੀਂ ਗੱਲ ਕਰੀ ਨਾ ਕੋਈ ਮਨਜ਼ੂਰੀ ਲਈ ਜੀ ਇਹਨਾਂ ਜੋ ਦਰਖਤ ਨੇ ਉਹ ਪਟਾਤੇ ਹਾਲਾਂਕਿ ਦਰਖਤ ਉਹ ਬਹੁਤ ਵੱਡੇ ਦਰਖਤ ਸੀਗੇ ਦਰਖਤ ਇਹਨੂੰ ਪਟਣੇ ਨਹੀਂ ਚਾਹੀਦੇ ਸਰਪੰਚ ਨੂੰ ਇਹ ਆਪਣੀ ਮਨਮਰਜ਼ੀ ਕਰਦਾ ਜੀ ਸਾਨੂੰ ਪੰਚਾਇਤ ਨੂੰ ਬਿਲਕੁਲ ਨਹੀਂ ਪੁੱਛ ਰਿਹਾ ਜੀ ਸਾਡੇ ਪਿੰਡ ਦਾ ਤੁਸੀਂ ਜਾ ਕੇ ਹਾਲ ਦੇਖ ਸਕਦੇ ਹੋ ਗਲੀਆਂ ਨਾਲੀਆਂ ਦਾ ਹਾਲ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਹਾਲ ਮੂਰੇ ਬਿਲਕੁਲ ਗੰਦ ਪਿਆ ਬਈ ਤੇ ਸਕੂਲ ਦੇ ਨਾਲ ਸਾਡੇ ਪਾਣੀ ਵਾਲੀ ਟੈਂਕੀ ਆ ਉਹਦੇ ਮੂਹਰੇ ਪਾਥੀਆਂ ਗੁਹਾਰੇ ਲਾਇਏ ਵੀ ਨਹੀਂ ਜੋ ਕੋਈ ਸਾਡਾ ਬਾਹਰਲਾ ਰਿਸ਼ਤੇਦਾਰ ਕੋਈ ਬਾਹਰਲੇ ਪਿੰਡ ਦੇ ਲੋਕ ਆਉਂਦੇ ਨੇ ਹਾਲਾਂਕਿ ਸਾਨੂੰ ਤਰ੍ਹਾਂ ਤਰ੍ਹਾਂ ਕਰਦੇ ਨੇ ਵੀ ਥੋੜੇ ਪਿੰਡ ਦਾ ਕੀ ਹਾਲ ਹੋਇਆ ਵਾ ਇਹ ਬੁਰਾ ਹਾਲ ਆ ਸਾਡੇ ਪਿੰਡ ਦਾ ਜੀ ਅਸੀਂ ਨੂੰ ਕਹਿ ਕੇ ਬਹੁਤ ਵਾਰ ਕਹਿ ਲਿਆ ਪੰਚਾਇਤ ਨੇ ਵੀ ਤੂੰ ਜੋ ਪਿੰਡ ਦਾ ਆਪਣੇ ਬਾਹਰਲੀ ਫਿਰਨੀ ਇਹਨੂੰ ਸਾਫ ਕਰਾਓ ਵੀ ਮਤਲਬ ਕਿ ਜੋ ਕੰਮ ਹੋਣ ਵਾਲਾ ਤੂੰ ਕਰ ਅਸੀਂ ਤੇਰੇ ਨਾਲ ਆ ਇਹ ਸਾਨੂੰ ਬਿਲਕੁਲ ਨਹੀਂ ਪੁੱਛ ਰਿਹਾ ਜੀ ਇਨੇ ਹੁਣ ਆਪਣੀ ਮਰਜ਼ੀ ਦੇ ਨਾਲ ਇਹਨੇ ਸਾਡੇ ਦਰਖਤ ਖੜੇ ਸ਼ਾਮਲਾਤ ਦੇ ਜ਼ਮੀਨ ਦੇ ਵਿੱਚ ਹੀ ਉਹ ਦਰਖਤ ਇਹਨੇ ਪਟਾਤੇ ਜੀ ਕਿੰਨੇ ਦਰਖਤ ਸੀਗੇ ਜੀ ਇਹ ਦਰਖਤ ਤਾਂ ਮੇਰਾ ਗੱਲ ਹੋਣਗੇ 8 ਦਾ ਦਰਖਤ ਸੀ ਕਿਉਂ ਪਟਾਏ ਜੀ ਗੱਲ ਹੋਈ ਹੋਊਗੀ ਪੰਚਾਇਤ ਮੈਂਬਰ ਨੇ ਤੁਹਾਡੇ ਮੈਸੇਜ ਗੱਲ ਤਾਂ ਕੀਤੀ ਹੋਊਗੀ ਤੁਹਾਡਾ ਅਧਿਕਾਰ ਆ ਇਹ ਵੀ ਭਾਈ ਕਿਉਂ ਪਟਾਏ ਨੇ ਸਾਨੂੰ ਇਹਨਾਂ ਨੇ ਕੋਈ ਬਿਲਕੁਲ ਨਹੀਂ ਪੁੱਛਿਆ ਜੀ ਸਾਨੂੰ ਤਾਂ ਪਿੰਡ ਦੇ ਬੰਦੇ ਆ ਸਾਡੇ ਘਰੇ ਕਹਿੰਦੇ ਵੀ ਤੁਸੀਂ ਦਰਖਤ ਪਟਾ ਰਹੇ ਹੋ ਸ਼ਾਮਲਾਤ ਜ਼ਮੀਨ ਦੇ ਵਿੱਚੋਂ ਮੈਂ ਮੇਰਾ ਭਰਾ ਖੜਾ ਨਾਲ ਰਣਜੀਤ ਮਾਨ ਪੰਚਾਇਤ ਮੈਂਬਰੀ ਅਸੀਂ ਕਿਹਾ ਵੀ ਸਾਨੂੰ ਤਾਂ ਬਿਲਕੁਲ ਨਹੀਂ ਪਤਾ ਚਲੋ ਮੈਂ ਇਹਨੂੰ 2 ਦਿਨ ਪਹਿਲਾਂ ਕਿਹਾ ਮਾ ਵੀ ਆਪਾਂ ਜਾ ਕੇ ਇੱਕ ਵਾਰ ਦੇਖ ਕੇ ਤਾਈਏ ਜਮੀਨ ਦੇ ਵਿੱਚ ਜਾ ਕੇ ਜਦੋਂ ਅਸੀਂ ਆ ਕੇ ਦੇਖਿਆ ਜੀ ਉੱਥੇ ਦਰਖਤ ਵੱਡੇ ਪਏ ਦੀ ਅਸੀਂ ਇਹਨਾਂ ਨੂੰ ਪੁੱਛਿਆ ਜਿਹੜਾ ਮੈਂ ਦਰਖਤ ਕੱਟ ਰਿਹਾ ਸੀਗਾ ਬੰਦਾ ਜੀ ਉਹ ਕਹਿੰਦਾ ਮੈਂ ਇਹ ਤੋਂ ਪੈਸੇ ਲੈਣੇ ਨਹੀਂ ਪਾਈਪ ਲਾਈਨ ਪਾਈ ਆ ਕਹਿੰਦਾ ਮੈਨੂੰ ਸਰਪੰਚ ਕਹਿੰਦਾ ਵੀ ਤੂੰ ਇਹਨੂੰ ਮਤਲਕ ਦਰਖਤ ਪੱਟ ਦੇ ਦਰਖਤ ਪੱਟ ਕੇ ਤੇ ਵੇਚ ਦੇ ਪੈਸੇ ਆਪਦੇ ਉਧਰੋਂ ਪੂਰੇ ਕਰ ਲੈ ਇੱਕ ਗੱਡੀ ਇਹ ਦਰਖਤਾਂ ਦੀ ਪਟਿਆਲੇ ਵੇਚ ਵੀ ਆਏ ਬਲੇਰੋ ਗੱਡੀ 'ਚ ਪਾਸ ਤੋਂ ਕਿਰਾਏ ਤੇ ਕਰਕੇ ਹਾਂ 1.5 18 ਕੁਆਂਟਲ ਇਹ ਕੀ ਲੱਗ ਰਿਹਾ ਜੀ ਪਾਈਪ ਲਾਈਨ ਦੇ ਪੈਸੇ ਦੇਣ ਦੇ ਲਈ ਦਰਾਖਤ ਪਟਾਉਣ ਦੀਆਂ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਫੇਰ ਤਾਂ ਬਹੁਤ ਕੰਮ ਨੇ ਇਦਾਂ ਦੇ ਅਧੂਰੇ ਪਏ ਨੇ ਫੇਰ ਤਾਂ ਦਰਾਖਤ ਰੋੜ ਖਾਲੀ ਹੋ ਜਾਣਗੇ ਸਾਡੇ ਸਾਡੇ ਪਿੰਡ ਨੂੰ ਪੈਸਾ ਬਹੁਤ ਆਉਂਦਾ ਐਵੇਂ ਕਹੀਏ ਦੇਖੋ ਕੋਈ ਹੋਣੀ ਗਈ ਪਰ ਸਾਡੇ ਪਿੰਡ ਜਿਹੜਾ ਪੈਸਾ ਆਇਆ ਲੱਗ ਨਹੀਂ ਰਿਹਾ ਜੀ ਅੱਛਾ ਜੀ ਹਾਂਜੀ ਹਾਂ ਤੁਸੀਂ ਕਿਸੇ ਵੀ ਸਾਡੇ ਪਿੰਡ ਦੇ ਬੰਦੇ ਜਾ ਕੇ ਪੁੱਛ ਸਕਦੇ ਹੋ ਮੈਂ ਕੱਲਾ ਨਹੀਂ ਕਹਿੰਦਾ ਜੀ ਪਿੰਡ ਜਾ ਕੇ ਪਤਾ ਕਰ ਸਕਦੇ ਹੋ ਸਾਡੇ ਪਿੰਡ ਦਾ ਕੀ ਹਾਲ ਹੈ ਜੀ ਹਾਂਜੀ ਮੇਰੇ ਨਾਲ ਖੜੇ ਰਣਜੀਤ ਮਾਨ ਮੈਂਬਰੀ ਬਾਕੀ ਇਹਨਾਂ ਤੋਂ ਪੁੱਛ ਲੋ ਜੀ ਮਾਨ ਸਾਹਿਬ ਕੀ ਕਹਾਂਗੇ ਤੁਸੀਂ ਦਰਖਤ ਪੱਟਣ ਦਾ ਮਾਮਲਾ ਇਹ ਸਾਹਮਣੇ ਆਇਆ ਸਰਪੰਚ ਤੇ આરોਪ ਲੱਗ ਰਹੇ ਨੇ ਦਰਖਤ ਲਾਉਂਦੇ ਨੇ ਸਮਾਜ ਸੇਵੀ ਬੜੀਆਂ ਗੱਲਾਂ ਕਰਦੀਆਂ ਨੇ ਸਰਕਾਰਾਂ ਵੀ ਕਹਿੰਦੀਆਂ ਨੇ ਕਿ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਰੁੱਖ ਲਗਾਏ ਜਾਣ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਨੇ ਉਹ ਇੱਥੇ ਸਹੀ ਸਲਾਮਤ ਰਹਿ ਸਕਣ ਤੇ ਕੀ ਕਹਿੰਦੇ ਹੋ ਪਰ ਤੁਹਾਡੇ ਪਿੰਡ ਦੇ ਵਿੱਚ ਤਾਂ ਪੰਚਾਇਤੀ ਜ਼ਮੀਨ 'ਚੋਂ ਦਰਖਤ ਪੱਟੇ ਗਏ ਨੇ ਜੀ ਕਹਿੰਦੇ ਸਰ ਮੈਂ ਨਾ ਇਹ ਦਿਨ ਸਰਪੰਚ ਨੇ ਦਰਖਤ ਪੱਟ ਰਹੇ ਸੀ ਸਾਡੇ ਕੋਲ ਬੰਦੇ ਪਹੁੰਚੇ ਮੇਰੇ ਕੋ ਘਰੇ ਪਿੰਡ ਹੂੰ ਤੇ ਮੈਨੂੰ ਕਹਿੰਦੇ ਵੀ ਇਦਾਂ ਕਰਕੇ ਵੀ ਦਰਾਖਤ ਪੱਟ ਰਿਆ ਪੰਚਾਇਤ ਵਾਲੇ ਸੇ ਮੈਂ ਇਹ ਪੰਚਾਇਤ ਨੂੰ ਕੋਈ ਨੌਲੇਜ ਨਹੀਂ ਗੱਲ ਹੈਗੀ ਇਹ ਤੇ ਮੈਂ 나ਜ ਸਰਪੰਚ ਨੂੰ ਫੋਨ ਲਾਇਆ ਮੈਂ ਸਰਪੰਚ ਇਦਾਂ ਕਰਕੇ ਦਰਾਖਤ ਪੱਟੇ ਜਾ ਰਹੇ ਨੇ ਇਹਦੇ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਤੇ ਮਾਣੋ ਰੋਗ ਨਹੀਂ ਤੇ ਕਰਵਾਈ ਹੋਊਗੀ ਮੈਂ ਖੁਦ ਕਿਹਾ ਜੀ ਨੂੰ ਤੇ ਉਸ ਤੋਂ ਬਾਅਦ ਮੈਂ ਜਾ ਕੇ ਜਦੋਂ ਇੱਥੇ ਆਸੀ ਆਏ ਤੇ ਜਿਹੜਾ ਇੱਥੇ ਦਰਾਖਤ ਪੱਟ ਰਿਆ ਸੀ ਉਹ ਬੰਦੇ ਨੂੰ ਪੁੱਛਿਆ ਸੀ ਨੇ ਵੀ ਦਰਾਖਤ ਕਹਿੰਦਾ ਮੈਨੂੰ ਸਰਪੰਚ ਨੇ ਕਿਹਾ ਦੋ ਤਿੰਨ ਬੰਦੇ ਦਾ ਨੌ ਹੋਰ ਲਏ ਉਹਨੇ ਤੇ ਸੀਗਾ ਪੰਚਾਇਤ ਦਾ ਮੈਂਬਰ ਕੋਈ ਹੈ ਕਹਿੰਦਾ ਪੰਚਾਇਤ ਦਾ ਮੈਂਬਰ ਕੋਈ ਤੇ ਇਹ ਕਹਿੰਦਾ ਸਰਪੰਚ ਮੈਨੂੰ ਕਹਿੰਦਾ ਵੀ ਦਰਾਖਤ ਪੱਟ ਕੇ ਨੇ ਪੈਸੇ ਪੂਰੇ ਕਰ ਲਾ। ਜੀ। ਤੇ ਬਾਕੀ ਕਹਿੰਦਾ ਵੀ ਇੱਕ ਗੱਡੀ ਭਰ ਕੇ ਸੀ ਬੀਜ ਆਏ ਪਟਿਆਲੇ। ਤੇ ਅਸੀਂ ਕਿੰਨੇ ਦੀ ਕਹਿੰਦਾ 8000 ਦੀ ਕਹਿੰਦਾ। ਤੇ ਉਸ ਤੋਂ ਬਾਅਦ ਅਸੀਂ ਚਲੋ ਥਾਣੇ ਫੋਨ ਕੀਤਾ ਤੇ ਪੁਲਿਸ ਮੁਲਾਜ਼ਮ ਇੱਥੇ ਆ ਗਏ। ਸਰਪੰਚ ਸਾਹਿਬ ਵੀ ਆ ਗਏ ਸੀਗੇ ਇਹਨਾਂ ਨੂੰ ਪੁੱਛ ਕੇ ਆ। ਤੇ ਇਹ ਕਹਿੰਦੇ ਵੀ ਗੱਲ ਅੰਦਰ ਬੰਦ ਕਰ ਦਿਓ। ਇਹ ਕਹਿੰਦਾ ਬੰਦ ਕਾਹਨੂੰ ਕਰਦੇ ਸਾਡੇ ਕੋਲ ਲੋਕ ਜਾਂਦੇ ਨੇ ਘਰਾਂ 'ਚ ਵੀ ਐ ਕਰਕੇ ਆ ਗੱਲ ਹੋ ਰਹੀ ਆ। ਤੇ ਉਸ ਤੋਂ ਬਾਅਦ ਤੇ ਜਦੋਂ ਪੁਲਿਸ ਤੇ ਆਈ ਤੇ ਸੀ ਕਿ ਇਹ ਬੰਦੇ ਨਾਲ ਲੈ ਕੇ ਚਲੋ ਉਹਦੇ ਸਾਹਮਣੇ ਵੀ ਉਹ ਕਿਹਾ ਪੁਲਿਸ ਦੇ ਸਾਹਮਣੇ ਵੀ ਮੈਨੂੰ ਸਰਪੰਚ ਨੇ ਕਿਹਾ ਹੀ ਪਟਕੇ ਵੇਚ ਦੋ ਇਹ ਗੱਲ ਹੋਈ ਗਈ ਜੀ ਸਰਪੰਚ ਸਾਹਿਬ ਵੀ ਇੱਥੇ ਪਹੁੰਚ ਚੁੱਕੇ ਨੇ ਹਾਂਜੀ ਸਰਪੰਚ ਸਾਹਿਬ ਵੈਗਰੀ ਜੀ ਖਾਲਸਾ ਵੈਗਰੀ ਫਤਿਹ ਹੋਰ ਜੀ ਠੀਕ ਹੋ ਸਭ ਠੀਕ ਹੈ ਕਹਿੰਦਾ ਜੀ ਦਰਾਖਤ ਪੱਟੀ ਜਾਨੇ ਸਰਕਾਰਾਂ ਤਾਂ ਕਹਿ ਰਹੀਆਂ ਨੇ ਦਰਾਖਤ ਸਾਰੀ ਪੰਚਾਇਤ ਦੀ ਸਹਿਮਤੀ ਨਾਲ ਪਟਕੇ ਰਹੇ ਨੇ ਹਾਂਜੀ ਸਾਰਿਆਂ ਦੀ رائے ਹੈ ਇਹਦੇ ਵਿੱਚ ਤਾਂ ਪੱਟੇ ਗਏ ਨੇ ਜੀ ਬਿਲਕੁਲ ਮਤਾ ਪਾਇਆ ਵਾ ਇਹ ਪਾਈਪਲਾਈਨ ਦੇ ਵਿੱਚ ਆ ਰਹੇ ਸੀ ਜੀ ਜੀ ਹਾਂਜੀ ਪਰੇ ਮੈਂਬਰ ਨੇ ਜਿਹੜੇ ਕਹਿੰਦੇ ਜੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜੀ ਸਾਨੂੰ ਪਤਾ ਵੀ ਨਹੀਂ ਸਾਡੇ ਕੋਲ ਬਿਲਕੁਲ ਨਹੀਂ ਪਤਾ ਜੀ ਮਨਜ਼ੂਰੀ ਦਿਖਾਈ ਜਾਵੇ ਕਿਤੇ ਸਾਡੇ ਦਰਖਤ ਦਰਖਤ ਪੱਟਣ ਬਾਰੇ ਇਹ ਤਾਂ ਮਤਾ ਹੀ ਦਿਖਾਣ ਪੰਚਾਇਤ ਦੇ ਮੈਂਬਰ ਕਿਹੜੇ ਕਿਸੇ ਪੱਟਣ ਬਾਰੇ ਸਰਪੰਚ ਸਾਨੂੰ ਦਰਖਤ ਪੱਟਣ ਬਾਰੇ ਦਿਖਾਇਆ ਜਾਵੇ ਸਾਡੇ ਬਿਲਕੁਲ ਨਹੀਂ ਝੂਠ ਬੋਲਨੇ ਬਿਲਕੁਲ ਨਹੀਂ ਰਾਏ ਨਾਲ ਹੋਇਆ ਜੀ ਇਹ ਕੰਮ ਇਹ ਕਹਿੰਦੇ ਵੀ ਵਿੱਚ ਆਉਂਦੇ ਨੇ ਪੱਟ ਦੋ ਕਿਹੜੀ ਮਨਜ਼ੂਰੀ ਤਾਂ ਮਿਲਣੀ ਨਹੀਂ ਪਰ ਇਹ ਤਾਂ ਸਾਨੂੰ 3-4 ਦਿਨਾਂ ਤੋਂ ਕਾਲ ਕਰ ਰਹੇ ਨੇ ਜੀ ਕਹਿੰਦੇ ਸਾਡੇ ਪਿੰਡ ਇਹ ਕੰਮ ਹੋ ਰਿਹਾ ਏ ਮੈਂ ਤੁਸੀਂ ਆ ਕੇ ਖਬਰ ਕਰੋ ਤੇ ਇੱਥੇ ਦਰਖਤ ਪੱਟੇ ਜਾ ਰਹੇ ਨੇ ਬਹੁਤ ਗਲਤ ਕੰਮ ਹੋ ਰਿਹਾ ਸਾਨੂੰ ਫੋਨ ਕਰਦੇ ਰਹੋ ਇਹ ਸਾਡਾ ਹੈ ਜੀ ਬੰਡ ਬੜਈਏ ਪਿੱਛੇ ਰੌਲਾ ਪੈ ਗਿਆ ਪੈਸਿਆਂ ਪਿੱਛੇ ਜੀ अच्छा जी ओ जी कहंदे बंड बंडिए 200 ਦਾ ਜੱਟ ਉਹਦੀ ਕਾਰਵਾਈ ਕਰਾਓ ਜੀ ਕਾਰਵਾਈ ਕਰਾਓ ਵੀ ਕਿਹੜੇ ਬੰਦੇ ਨੇ ਪੈਸੇ ਮੰਗੇ ਨਹੀਂ ਸਰਪੰਚ 1 ਰੁਪਿਆ ਸਾਫਤ ਕਰ ਦੇਵੇ ਵੀ 1 ਰੁਪਿਆ ਕਦੇ ਤੋਂ ਲਿਆ ਹੋਵੇ ਅਸੀਂ ਨੇ ਦਿਖਾ ਦਿਓ ਹੋਵੇ ਸਾਡੇ ਸੜਕ ਨਿਕਲੀ ਆ ਜੀ ਬਾਬਾ ਗੁਰਦੁਆਰਾ ਸਾਹਿਬ ਤੋਂ ਜੀ ਮਾਜਰੀ ਮਤਲਬ ਜਿਹੜੀ ਜਾਂਦੀ ਆ ਪਟਿਆਲਾ ਰੋਡ ਨੂੰ ਜੀ ਹਾਲਾਂਕਿ ਉਹ ਪਰਮਾ 2.5 ਲੱਖ ਦੀ ਮਿੱਟੀ ਆਪਣੇ ਪੱਲਿਓਂ ਪਵਾਈ ਬੈਠਾ ਏ ਉਹ ਮੈਨੂੰ ਸਾਡੇ ਸਾਬਕਾ ਐਮਐਲਏ ਨੇ ਕਾਕਾ ਰਣਦੀਪ ਸਿੰਘ ਜੀ ਉਹਨਾਂ ਨੇ ਸੜਕ ਮਨਜ਼ੂਰ ਕਰਾਈ ਦੀ ਉਹ ਕਹਿੰਦੇ ਵੀ ਚੌਣ ਜਾਬਤੇ ਤੋਂ ਪਹਿਲਾਂ ਪਹਿਲਾਂ ਇਹਦੇ ਉੱਪਰ ਮਿੱਟੀ ਪਵਾ ਲਓ ਵੀ ਤੁਹਾਡੀ ਸੜਕ ਬਣ ਜਾਣੇ ਨਹੀਂ ਚੌਣ ਜਾਬਤਾ ਲੱਗਾ ਸੜਕ ਰਹਿ ਜਾਣੀ ਹੈ ਹਲੇ ਤੱਕ ਮੇਰੇ ਪੈਸੇ ਨਹੀਂ ਮਿਲੇ ਜੀ ਉਹ ਤਾਂ ਕਹਿੰਦੇ ਜੀ ਆਪਣੇ ਪੱਲਿਓਂ ਲਾਈ ਬੈਠੇ ਤੁਸੀਂ ਕਹਿੰਦੇ ਹੋ ਵੀ ਬੰਡ ਬੰਡੀ ਇਹਨੇ ਕੀ ਕੀਤਾ ਜੀ ਪੈਸੇ ਇਹਨੇ ਜੀ ਸਾਹਮਲਾਟ ਦੀ ਬੋਲੀ ਹੋਈ ਸੀ ਜੀ ਇਹਨੇ ਆਪਣੇ 6-7 ਬੰਦਿਆਂ ਤੋਂ ਰੁਪਈਏ ਇਕੱਠੇ ਕਰ ਲਏ ਜੀ ਸਾਵੇਂ ਮੇਤੋਂ ਬਹੁਤ ਪੈਸੇ ਲੇਟ ਭਰੇ ਗਏ ਜੀ ਉਹ ਫਿਰ ਇਹਨੇ ਬਹੁਤ 2 ਮਹੀਨੇ ਮਗਰੋਂ ਮੈਨੂੰ ਰੁਪਈਏ ਮੋੜੇ ਨੇ ਉਹ ਜੀ ਜਿਹੜੇ ਨੇ ਇਕੱਠੇ ਕਰੇ ਨੇ ਜੀ ਮੋੜਦੇ ਸੀ ਮੋੜ ਤੇ ਤਾਂ ਹੀ ਪਰੇ ਨੇ ਜੀ ਉਹ ਪੈਸੇ ਹੁਣ ਤੇ ਇਹ ਹੁਣ ਇੱਥੇ ਗੱਲ ਦਰਾਖਤਾਂ ਦੀ ਚੱਲ ਰਹੀ ਹੈ ਜੀ ਕਹਿੰਦੇ ਉਹ ਵੰਡ ਬੰਡਈਏ ਪੈਸੇ ਜਿਹੜਾ ਪੈਸਾ ਆਉਣਾ ਸੀ ਇਹ ਵੰਡਣਾ ਸੀਗਾ ਜੀ ਅੱਗੇ ਹਾਂਜੀ ਹਾਂਜੀ ਸਾਰਿਆਂ ਦੀ ਰਾਏ ਨਾਲੇ ਹੋਇਆ ਜੀ ਕੰਮ ਇਹ ਫੇਰ ਤਾਂ ਹੋਰ ਗਰਾਂਟਾ ਵੀ ਵੰਡਦੇ ਹੋਮੇਗੇ ਨਾ ਜੀ ਨਾ ਨਾ ਬਿਲਕੁਲ ਨਹੀਂ ਇਹ 8 8 8000 ਦੇ ਵਿਕੇ ਨੇ ਜੀ ਇਹ ਇਹਨਾਂ ਦਾ ਵੀ ਵਿੱਚ ਹਿੱਸਾ ਦਿਜੀਏ ਇਹਦੇ ਹਾਂਜੀ ਇਹ ਕਹਿੰਦੇ ਜੀ ਜਿਹੜਾ ਰਿਕਾਰਡਿੰਗ ਪਈ ਆ ਜ ਇਹਨਾਂ ਦੀ ਸਾਡੇ ਕੋਲ ਰਿਕਾਰਡਿੰਗ ਪਈ ਆ ਸਰਪੰਚ ਸਾਹਿਬ ਦੀ ਮੇਰੇ ਕੋਲ ਖੁਦ ਪਈ ਆ ਠੀਕ ਆ ਮੈਂ ਮੌਕੇ ਤੇ ਹੁਣ ਤੇ ਦਊਗਾ ਜਦੋਂ ਮੈਂ ਉਹਨੂੰ ਚਾਰ ਨਾਲ ਪਹਿਲਾਂ ਫੋਨ ਕੀਤਾ ਠੀਕ ਆ ਇਹ ਕਹਿੰਦੇ ਮੇਰੇ ਨੌਲੇਜ ਜੀ ਨਹੀਂ ਹੈਗੇ ਅੱਜ ਕਿਵੇਂ ਕਹਿ ਰਹੇ ਆ ਵੀ ਪੰਚਾਇਤ ਦੇ ਉਹਦੇ ਨਾਲ ਹੋਏ ਨੇ ਸਾਡੇ ਕੋਲ ਰਿਕਾਰਡਿੰਗ ਪਈ ਆ ਫੋਨ 'ਚ ਇਹ ਬੱਚੇ ਨੇ ਜੀ ਸਾਰਿਆਂ ਦੀ ਰਾਏ ਨਾਲੇ ਹੋਇਆ ਜੀ ਕੰਮ ਇਹ ਜੀ ਇਹ ਤਾਂ ਸਰਪੰਚ ਸਾਹਿਬ ਪਿੰਡ ਦਾ ਕਹਿੰਦੇ ਵਿਕਾਸ ਨਹੀਂ ਹੋ ਰਿਹਾ ਹੋਰ ਵੀ ਕੰਮ ਰੁਕੇ ਪਏ ਨੇ ਉਹ ਵੀ ਪੈਸਾ ਫਿਰ ਤਾਂ ਬੰਡ ਬੰਡਈਏ ਚ ਜਾਂਦਾ ਹੋਣਾ ਸਰਕਾਰ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ ਹੁਣ ਇਹਨਾਂ ਦੀ ਹੜਤਾਲ ਚੱਲਦੀ ਐ ਸੈਕਟਰੀਆਂ ਦੀ ਤੁਸੀਂ ਸਾਡੇ ਸੈਂਕ ਤਕਰੀਬਨ 15 20 ਦਿਨ ਹੋ ਗਏ ਹੋਣਗੇ ਪਹਿਲਾਂ ਵੀ ਗੁਹਾਰੇ ਜਿਹੜੇ ਨੇ ਸਕੂਲ ਦੇ ਅੱਗੇ ਲੱਗੇ ਬੈਨੇ ਜੀ ਬਿਲਕੁਲ ਕੰਦ ਦੇ ਨਾਲ ਗੁਹਾਰੇ ਨੇ ਸੁੱਖਾ ਹੀ ਸੁੱਖਾ ਖੜੇ ਐ ਜੀ ਬਿਲਕੁਲ ਕੋਈ ਧਿਆਨ ਨਹੀਂ ਬਹੁਤ ਸ਼ਿਕਾਇਤਾਂ ਆਈਆਂ ਨੇ ਸੁੱਖਾਟ ਮਾਨਾ ਸਾਹਿਬ ਜੀ ਕੋਈ ਨਹੀਂ ਹੈਗਾ ਕਈ ਗੇਲ ਸਾਫ ਕਰ ਜਰੂਰ ਨੇ ਗਰੀਬਾਂ ਦੇ ਪੱਥਿਆਂ ਹੋਈਆਂ ਨੇ ਤਾਂ ਬਿੱਲੀ ਵੀ ਥਾਈਲੇ ਚੋਂ ਬਾਹਰ ਆ ਰਹੀ ਹੈ ਜੀ ਕਹਿੰਨੇ ਹੋ ਬੰਡ ਬੰਡ ਜੇ ਵਿਸੇ ਰੌਲਾ ਪੈ ਰਿਹਾ ਗੱਲ ਤਾਂ ਦਰਾਖਤਾਂ ਦੀ ਚੱਲੀ ਸੀਗੀ ਪਰ ਹੁਣ ਗੱਲਾਂ ਹੋਰ ਵੀ ਨਿਕਲ ਰਹੀਆਂ ਹਾਂ ਹਾਂਜੀ ਹਾਂਜੀ ਇਹ ਮੇਰੇ ਮਗਰ ਪਏ ਬਾਰੇ ਜੀ ਮੈਂ ਐਸੀ ਬੰਦਾ ਜੀ ਗਰੀਬ ਬੰਦਾ ਇਨਕੁਆਰੀ ਟਿਕਾਉ ਜੀ ਇਹ ਕਹਿੰਦੇ ਨੇ ਸਾਡੇ ਕਦੇ ਮਤਜ ਸੈਨ ਉਹ ਦਿਖਾ ਦਿਓ ਜੀ ਹੋਰ ਦੱਸੋ ਜੀ ਫਿਰ ਕਿਵੇਂ ਕਹਿ ਰਹੇ ਨੇ ਵੀ ਉਹ ਵੀ ਮੇਰੀ ਭੁਗਤਾਨ ਉਹਦੀ ਸੈਂਟੀ ਕਿੱਦਾਂ ਹੋਊਗੀ ਆਹ ਦੇਖੋ ਜੀ ਆਹ ਦੇਖੋ ਜਨਾਬ ਇਹਦੇ ਘਰੋਂ ਘਰਵਾ ਪੰਚ ਨਹੀਂ ਗਰਦੀ ਮੰਨਦੇ ਹਾਂ ਅੱਜ ਦੱਸੋ ਆ ਪਾਈਪਲਾਈਨ ਦਾ ਮਤਾਂ ਪਾਈਪਲਾਈਨ ਦਾ ਸੀ ਮੰਨਦੇ ਆ ਇਹਦੇ ਵਿੱਚ ਉਹਦੇ ਸਾਈਨ ਹੋਏ ਹੋਏ ਨੇ ਕਮਲਜੀਤ ਕੌਰ ਆ ਨਾ ਉਹ ਪਾਈਪਲਾਈਨ ਤੇ ਹੋਏ ਬਨੇ ਸਾਈਨ ਹੋਏ ਨੇ ਨਹੀਂ ਪਾਈਪ ਲਾਈਨ ਦਾ ਉਹ ਕਹਿੰਦੇ ਜੀ ਮਤਾ ਪਾਇਆ ਸੀ ਪਾਈਪ ਲਾਈਨ ਪੈਣੀ ਚਾਹੀਦੀ ਆ ਪਰ ਦਰਖਤਾਂ ਦਾ ਮੁੱਦਾ ਉੱਠ ਰਿਹਾ ਜੀ ਦਰਖਤਾਂ ਦਾ ਵਿੱਚ ਦਰਖਤ ਖੜੇ ਸੀ ਜੀ ਇਹਦੇ ਖਾਲ ਦੇ ਵਿੱਚ ਦੇ ਦੋੇ ਪਾਸੇ ਉਹਦੇ ਜੜਾ ਨਿਕਲੇ ਆ ਪਿਆਦਿਆਂ ਨਹੀਂ ਪਾਈਪ ਲਾਈਨ ਤਾਂ ਸਾਈਡ ਤੇ ਦੀ ਵੀ ਪੈ ਸਕਦੀ ਆ ਜੀ ਹੁਣ ਜੇ ਬਹੁਤ ਰੋਡ ਨੇ ਜਿਹੜੇ ਅੱਧ ਵਿਚਾਲੇ ਖੜੇ ਨੇ ਦਰਖਤ ਅੱਗੇ ਆ ਜਾਂਦਾ ਜੀ ਇਦਾਂ ਦੇ ਕਈ ਮੁੱਦੇ ਨੇ ਵੱਡੇ ਵੱਡੇ ਦਰਖਤ ਪੁਰਾਣੇ ਖੜੇ ਨੇ ਲੋਕਾਂ ਨੇ ਵਿਰੋਧ ਕੀਤਾ ਉਹ ਖੜਚ ਨਹੀਂ ਹੁੰਦਾ ਅਸੀਂ ਆਪੇ ਸੰਭਾਂਗੇ ਜੀ ਹੁਣ ਇਹਨਾਂ ਨੇ ਆਇਆ ਹੋ ਗਿਆ ਵੀ ਸਰਪੰਚ ਅਨਵਾਰ ਉਹਨੂੰ ठेकेदार ਨੂੰ ਫਸਾ ਦਈਏ ਅਸੀਂ ਵਾਰਿਆ ਉਹਨੂੰ ਪੱਤਰਕਾਰ ਦੀ ਠੇਕੇਦਾਰ ਨੂੰ ਬਲਾਓ ਵੀ ਤੁਹਾਨੂੰ ਕਿਹਨੇ ਦਰਖਤ ਪੱਟਣ ਲਈ ਕਿਹਾ ਜੀ ਠੀਕ ਆ ਨਹੀਂ ਮੈਂਬਰ ਉਹ ਆਇਆ ਸੀ ਹਾਂਜੀ ਹਾਂ ਪੱਤਰ ਉਹਨੂੰ ਬਲਾਓ ਜੀ ਠੇਕੇਦਾਰ ਨੂੰ ਬੁਲਾ ਲੈਣੇ ਜੀ ਉਹਨੂੰ ਬੁਲਾ ਲੈਣੇ ਉਹਨੂੰ ਬੁਲਾ ਕੇ ਤੇ ਹੁਣ ਸਰਪੰਚ ਸਾਹਿਬ ਹੋਰ ਕਿਹੜੇ ਕਿਹੜੇ ਮਸਲੇ ਨੇ ਜਿਹੜੇ ਉਲਝੇ ਪਏ ਨੇ ਹਾਂਜੀ ਜੇ ਕਿਹੜੇ ਕਿਹੜੇ ਮਸਲੇ ਨੇ ਜਿਹੜੇ ਪਿੰਡ ਦੇ ਉਲਝੇ ਪੈ ਨੇ ਤੁਸੀਂ ਕਹਿੰਦੇ ਹੋ ਬਈ ਹਿੱਸੇ ਕਰਕੇ ਰੌਲਾ ਪਿਆ ਹੋਰ ਵੀ ਹਿੱਸਿਆਂ ਕਰਕੇ ਰੌਲੇ ਤਾਂ ਪਿੰਡ 'ਚ ਪੈਂਦੇ ਹੋਣ ਇਹ ਹਿੱਸਿਆਂ ਕਰਕੇ ਹੀ ਮੈ ਮੈਨੂੰ ਐ ਤੰਗ ਪਰੇਸ਼ਾਨ ਕਰਦੇ ਨੇ ਪਰ ਮੈਂ ਆਪਣੀ ਉਹਨਾਂ ਨਾਲ ਕੰਮ ਚਲਾ ਰਿਹਾ ਮਿਹਨਤ ਨਾਲ ਜੀ ਹਾਂਜੀ ਮੈਂ ਈ ਸੀ ਬੰਦਾ ਜੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਇਹ ਦੋਏ ਬੰਦੇ ਜੀ ਨਹੀਂ ਐਸੇ ਤੇ ਤੁਹਾਡੇ ਕੋਲ ਅਧਿ ਹੈ ਜੀ ਅਧਿਕਾਰ ਆ ਤੁਸੀਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਜੀ ਇਸ ਸੰਬੰਧੀ ਕਦੇ ਕੀਦੇ ਜੀ ਉੱਚ ਅਧਿਕਾਰੀ ਨੇ ਜਿਹੜੇ ਪੰਚਾਇਤ ਅਫਸਰ ਨੇ ਮੇਰਾ ਬਹੁਮਤ ਮੇਰੇ ਨਾਲ ਬਾਕੀ ਮੈਂਬਰ ਹੈਗੇ ਨੇ ਬਾਕੀ ਤਾਂ ਹੈਗੇ ਨੇ ਤੁਹਾਨੂੰ ਇਹ ਤੰਗ ਪਰੇਸ਼ਾਨ ਕਰਦੇ ਨੇ ਤੁਹਾਡੇ ਕੰਮ ਵਿੱਚ ਕੋਈ ਅੜਚਣ ਡਾਉਂਦੇ ਨੇ ਫਿਰ ਵੀ ਤੁਹਾਡਾ ਅਧਿਕਾਰ ਹੈ ਇਹ ਸ਼ਿਕਾਇਤ ਕਰਨਾ ਸਕਾਇਤ ਕਰਨ ਵਾਲੀ ਤਾਂ ਗੱਲ ਇਹ ਆ ਜੀ ਮੇਰਾ ਬਹੁਮਤ ਦਾ ਕੰਮ ਮੇਰੇ ਚੱਲੀ ਜਾਂਦੇ ਨੇ ਜੀ ਫਿਰ ਤੁਸੀਂ ਕਹਿੰਦੇ ਹੋ ਬਈ ਇਹ ਹਿੱਸਾ ਮੰਗਦੇ ਨੇ ਜਦੋਂ ਬਹੁਮਤ ਤਾਂ ਫਿਰ ਇਹਨਾਂ ਨੂੰ ਹਿੱਸਾ ਦੇਣ ਦਾ ਕਾਹਦੇ ਦਾ ਫਿਰ ਕਾਏ ਕਾਏ ਪਟਾਤੇ ਇਹਨਾਂ ਨੇ ਜੀ ਨਾਮ ਨਹੀਂ ਵਿਕਾਸ ਦਾ ਹੋ ਰਿਹਾ ਜੀ ਹੁਣ ਇਹਨਾਂ ਨੂੰ ਇਹ ਹੋ ਗਿਆ ਵੀ ਸਰਪੰਚ ਫਸ ਗਿਆ ਫਸ ਗਿਆ ਇਹਦੇ ਚ ਬਾਕੀ ਕਰਾ ਜੀ ਨਾਮ ਆ ਜੀ ਇੱਕ ਮਿੰਟ ਟਿਕ ਜਾਓ ਜੀ ਮੈਂ ਪਿਛਲੇ 25 ਸਾਲਾਂ ਤੋਂ ਨੰਬਰਦਾਰ ਹਾਂ ਜੀ ਜੀ ਕੱਲਾ ਨੰਬਰਦਾਰ ਹਾਂ ਇਸ ਪਿੰਡ ਦੇ ਵਿੱਚ ਜੀ ਮੈਨੂੰ ਇਹ ਪਤਾ ਜੀ ਵੀ ਇੱਕ ਦਰਾਖਤ ਪੁੱਟਣ ਦਾ ਜੁਰਮ ਕੀ ਆ ਹੂੰ ਇਹ ਤਾਂ ਤੁਸੀਂ ਜੁਰਮ ਕਰਾਤਾ ਜੀ ਇਹ ਇਹ ਤਾਂ ਹੁਣ ਕਹਿ ਰਹੇ ਨੇ ਕਿ ਇਹਨਾਂ ਨੇ ਮੈਨੂੰ ਰਾਇ ਨਾਲ ਕਰਾਤਾ ਹੁਣ ਇਹ ਦੂਏਲ ਹੋ ਕੇ ਬਦਲ ਗਏ ਜੀ ਤੁਹਾਡਾ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਜੀ ਪਿੰਡ ਬਾਬਲਪੁਰੀ ਕੀ ਕਾਰਨ ਹੈ ਜੀ ਜਿਹੜਾ ਇਹ ਮਸਲਾ ਉੱਠ ਰਿਹਾ ਹੈ ਸਰਪੰਚ ਸਾਹਿਬ ਤਾਂ ਕਹਿੰਦੇ ਕਿ ਹਿੱਸੇ ਕਰਕੇ ਰੌਲਾ ਪੈ ਗਿਆ ਉਹ ਹਿੱਸੇ ਕਰਕੇ ਰੌਲਾ ਨਹੀਂਗਾ ਜੀ ਕੋਈ ਰੌਲਾ ਨਹੀਂਗਾ ਜੀ ਇਹ ਬੰਦੇ ਦੋ ਸੱਚੇ ਸੁੱਚੇ ਖੜੇ ਨੇ ਜੀ ਠੀਕ ਹੈ ਜੀ ਹੱਕ ਸੱਚ ਦੀ ਗੱਲ ਕਰ ਰਹੇ ਇਹਨੇ ਕੋਈ ਪਿੰਡ ਦਾ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਜੀ ਵਿਕਾਸ ਬਾਰੇ ਬਹੁਤ ਵਿਟੋਭਾ ਫਲਾਣਾ ਖਾਲੀ ਕਰਾਓ ਜੀ ਫਲਾਣਾ ਖਾਲੀ ਕਰਾਓ ਐ ਸਰਪੰਚ ਸਾਹਿਬ ਹੀ ਸਮਕੇ ਹੋਰ ਬੰਦਿਆਂ ਨੂੰ ਕਹਿੰਦਾ ਵੀ ਦੱਬ ਲੋ ਜੀ। ਹੂੰ। ਠੀਕ ਹੈ ਜੀ। ਕੋਈ ਝੂਠਾ ਹੋ ਬਈ। ਹਾਂਜੀ ਠੇਕੇਦਾਰ ਸਾਹਿਬ। ਮੌਜੂਦ ਇਹ ਇਹ ਸਾਰੇ ਇਹਨਾਂ ਦੇ ਨਾਲ ਨੇ ਜੀ ਇਸ ਪਿੰਡ ਦੇ ਵਿੱਚੋਂ 141 ਬੰਦਾ ਬਾਹਰ ਆ। ਅੱਛਾ ਜੀ। ਮੇਰੀ ਰੇਂਜ ਤੋਂ। ਹੂੰ। 141 ਵੋਟ ਮੇਤੋਂ ਬਾਹਰ ਆ ਜੀ। ਬਾਕੀ 600 ਵੋਟ ਮੈਨੂੰ ਭੁਗਤੀ ਸੀ ਇੰਨੇ ਲੋਕ ਮੇਰੇ ਅੱਜ ਵੀ ਨਾਲ ਨੇ। ਠੀਕ ਹੈ ਜੀ ਇੰਨੇ ਕੋ ਮਸਲੇ ਦਾ ਹੁਣ ਹੱਲ ਕਿਵੇਂ ਹੋਊਗਾ ਜੀ ਇਹ ਤਾਂ ਬਣਦੀ ਕਾਰਵਾਈ ਤਾਂ ਹੋਣੀ ਹੈ ਜੀ ਜਿਹੜਾ ਕੁੱਲ ਕਾਰਵਾਈ ਸਾਡੀ ਸਾਰੀ ਪੰਚਾਇਤੇ ਹੋਣੀ ਚਾਹੀਦੀ ਹੈ ਜੀ ਨਹੀਂ ਸਰ ਸਰ ਇਹਦੀ ਇਨਕੁਆਰੀ ਕਰੋ ਜੀ ਹਾਂ ਜੀ ਹਾਂ ਇਨਕੁਆਰੀ ਤਾਂ ਹੋਰ ਵੀ ਮਸਲੇ ਨਿਕੜਨਗੇ ਜੀ ਕਹਿੰਦੇ ਨੇ ਇਸੇ ਦਾ ਇਹਦੀ ਡੰਗਾਈ ਤੱਕ ਜਾਂਚ ਹੋਣੀ ਚਾਹੀਦੀ ਹੈ ਦੇਖੋ ਜੀ ਅਸੀਂ ਵਿੱਚ ਕਸੂਰਵਾਰ ਹੋਏ 1 ਰੁਪਿਆ ਖਾਦਾ ਹੋਇਆ ਅਸੀਂ ਸਰਪੰਚ ਦੇ ਬਰਾਬਰ ਦੇ ਸਜ਼ਾ ਭੁਗਤਣ ਦੇ ਹੱਕਦਾਰ ਆਂ ਜੀ ਨੰਬਰ 2 ਤੇ ਜੀ ਤਹਾਨੂੰ ਪਿੰਡ ਵੀ ਲੈ ਕੇ ਚਲਦੇ ਆ ਜਿੱਥੇ ਇਹਦੇ ਘਰ ਦੇ ਮੂਰੇ ਕਬਜ਼ਾ ਕੀਤਾ ਵਾ ਤੋਬੇ ਦੇ ਸਾਰੇ ਤੇ ਉੱਥੇ ਵੀ ਤੁਹਾਨੂੰ ਲੈ ਕੇ ਚਲਦੇ ਆ। ਉਹ ਕਿਹਨੇ ਕੀਤਾ ਵਾ ਜੀ? ਸਰਪੰਚ ਸਾਹਿਬ ਨੇ ਖੁਦ ਕੀਤਾ ਵਾ ਜੀ। ਸਰਪੰਚ ਸਾਹਿਬ ਕਬਜ਼ਾ ਕੀਤਾ ਵਾ ਜੀ। ਹਾਂ ਬਾਈ। ਉਹ ਦਿਖਾਉਣਾ ਮਾ। ਉਹ ਜੀ ਉੱਥੇ ਟੋਬਾ ਪਟਿਆ ਹੋਇਆ ਸੀ ਜੀ। ਮੌਕਾ ਦਿਖਾਉਣਾ ਥੋਨੂੰ ਜੀ। ਸੜਕ ਦੇ ਲਵੇ ਲਵੇ। ਜੀ। ਪਿਛਲੇ 15 ਸਾਲਾਂ ਤੋਂ ਅਸੀਂ ਉਹਦੇ ਵਿੱਚ ਨਾ ਰੂੜੀ ਸਿੱਟ ਸਿੱਟ ਕੇ ਜੀ ਉਹ ਬੰਦ ਕਰਿਆ ਤਾਂ ਕਿ ਕੋਈ ਐਕਸੀਡੈਂਟ ਨਾ ਹੋ ਜAVE ਜੀ। ਉਹ ਨੰਬਰ ਨੰਬਰਾਂ ਦੀ ਜਗਾ ਉਹ ਬਿਲਕੁਲ ਜੀ ਉਹ ਐਂਕੀ 31 ਮਾਰਚ ਤੋਂ ਪਹਿਲਾਂ ਪਹਿਲਾਂ ਮੈਂ ਸਾਰੀ ਪਿੰਡ ਦੀ ਉਹ ਖਾਲੀ ਕਰਾਉਣੀ ਆ ਜੀ ਅੱਛਾ ਜੀ ਹਾਂ ਜੀ ਪਿੰਡ ਦਾ ਹੀ ਸੀਗਾ ਜੀ ਠੇਕੇਦਾਰ ਆ ਜਿਹੜਾ ਜਿਹਨੇ ਦਰਖਤ ਪਿੰਡ ਦਾ ਠੇਕੇਦਾਰ ਕਹਦਾ ਜੀ ਉਹ ਠੇਕੇਦਾਰ ਕੋਈ ਨਹੀਂ ਹੈਗਾ ਜੀ ਉਹ ਕੋਈ ਠੇਕੇਦਾਰ ਨਹੀਂ ਇਹਦਾ ਇਹਨਾਂ ਨੇ ਖੁਦ ਬਣਾਇਆ ਹੋਇਆ ਆਪ ਜੀ ਕੋਈ ਠੇਕੇਦਾਰ ਨਹੀਂ ਉਹ ਕੋਈ ਪਿੰਡ ਦਾ ਬੰਦਾ ਕਹਦੇ ਵੀ ਠੇਕੇਦਾਰ ਆ ਇਹਦੀ ਮੰਦਲਾਂਗੇ ਖੁਦ ਇਹਨਾਂ ਦੇ ਆਪ ਦਾ ਬੰਦਾ ਉਹ ਮਾਰਾ ਦਾਰੋ ਪਾਣੀ ਪੀਂਦਾ ਉਹ ਉਹ ਖੁਦ ਕਰਾਂਗਾ ਮੈਨੂੰ ਖਰਚਾ ਸਰਪੰਚ ਦਿੰਦਾ ਕਹਿੰਦਾ ਸਰਪੰਚ ਸਾਹਿਬ ਹਾਂਜੀ ਕੁਸਤ ਦਰਖਤ ਵੇਚ ਕੇ ਵੀ ਆਏ ਹੋ ਜਿਹੜੇ ਹਾਂਜੀ ਹਾਂ ਕਿੰਨੇ ਦੇ ਵਿੱਚ ਨੇ ਜੀ ਉਹ 8030 ਰੁਪਏ ਉਹਦੇ ਕੋਲ ਪਰਚੀ ਹੈ ਜੀ ਠੇਕੇਦਾਰ ਕੋਲ ਇਹ ਉਹ ਕਿੰਨੇ ਜਣਿਆਂ ਨੇ ਬੰਡੇ ਨੇ ਜੀ ਹਾਂਜੀ ਉਹ ਕਿੰਨੇ ਜਣਿਆਂ ਨੇ ਬੰਨ ਲਿਆ ਜੀ ਪੈਸਾ ਉਹ ਉਹ ਪੈਸਾ ਤਾਂ ਪੂਰਾ ਹੀ ਹੋਇਆ ਜੀ ਤਾਂ ਹੀ ਤਾਂ ਰੌਲਾ ਪੈ ਗਿਆ ਜੀ ਇਹਨਾਂ ਨੂੰ ਇਹ ਹੋ ਗਿਆ ਵੀ ਦਰਖਤ ਵੱਧ ਤੇ ਜੀ ਉਹ ਵਜਨ ਚ ਵੀ ਉਹ ਹੋਇਆ ਵੀ ਘੱਟ ਕਰ ਦੇਣਾ ਤੂੰ ਉਹ 7-8000 ਉਹਨਾਂ ਦਾ ਖਰਚ ਹੋ ਗਿਆ ਗੱਡੀ ਲੈ ਕੇ ਗਿਆ ਦੀ ਹਾਂਜੀ ਉਹ ਵੀ ਬਲੋ ਗੱਡੀ ਵਾਲੋਂ ਇਹ ਤਾਂ ਮਤਲਬ ਹੈ ਜੀ ਇਹ ਕਹਿੰਦੇ ਨੇ ਕਿ ਰੋਲਾ ਪਿਆ ਜਿਹੜਾ ਵੰਡ ਬਣਈਆ ਜਿਹੜੇ ਪੈਸਾ ਸੀਗਾ ਉਹ ਵੰਡਣਾ ਸੀਗਾ ਤੇ ਲੱਗਦਾ ਹੈ ਕਿ ਹੋਰ ਵੀ ਕੋਈ ਇਦਾਂ ਦੇ ਮਸਲੇ ਨੇ ਜਿਹੜੇ ਸਾਹਮਣੇ ਆਉਣਗੇ ਤੁਸੀਂ ਤਾਂ ਕਹਿੰਦੇ ਹੋ ਦੋ ਮੈਂਬਰ ਖਿਲਾਫ ਹੋ ਤੁਸੀਂ ਪਰ ਇਹ ਇਹ ਤਾਂ ਬਿਲਕੁਲ ਸੱਚੀ ਗੱਲ ਕੀਤੀ ਆ ਠੀਕ ਆ ਇਹ ਕੋਈ ਖਿਲਾਫ ਨਹੀਂ ਇਹਦੇ ਇਹ ਤਾਂ ਗੱਲ ਕੀਤੀ ਹੈ ਵੀ ਜਿਹੜੀ ਸਚਾਈ ਆ ਉੱਥੇ ਜਾਓ ਠੀਕ ਆ ਇਹ ਕਹਿੰਦਾ ਸਾਡਾ ਨਾਲ ਰਿਆ ਵੀ ਇਹ ਨਾਲ ਨੇ ਇਹ ਅਸੀਂ ਬਿਲਕੁਲ ਨਾਲ ਨਹੀਂ ਹੈਗੇ ਜੀ ਠੀਕ ਆ ਜੀ ਤੇ ਉਦੋਂ ਮਤਰੇ ਸਹਿਮਤ ਖਾਣ ਜੀ ਮਤੇ ਇੱਕ ਮਤਾ ਕਹਿੰਦੇ ਮਜਾ ਸੈਂਦ ਖਾਣਾ ਨਹੀਂ ਨਹੀਂ ਕਰਦਾ ਜੀ ਦਿਖਾਓ ਪਰ ਜੇ ਕਰਾਓਗੇ ਤਾਂ ਕਰਾਂਗੇ ਇਹਦੀ ਗਲਤ ਕਿਸਾਨ ਕਿਉਂ ਕਰੀਏ ਜੋ ਸਹੀ ਠੀਕ ਹੈ ਜੀ ਇਹ ਮਤਲਬ ਹੈ ਖਾਲੀ ਮਤੇ ਦੇ ਉੱਪਰ ਇੱਕ ਮਿੰਟ ਜੀ ਇੱਕ ਮਿੰਟ ਖੜ ਜੋ ਪਲਾੜ ਰਾਟ ਹੋਈ ਇਸ ਕਾਂਗਰਸ ਸਰਕਾਰ ਮੇਰੇ ਕੱਲੇ ਕੱਲੇ ਬੰਦੇ ਰ ਜਿੰਨੇ 181 ਕਹਿੰਦੇ ਬੰਦੇ ਕੱਲੇ ਕੱਲੇ ਬੰਦਰੋਂ 50-50 ਰੁਪਏ ਇਕੱਠੇ ਕੀਤੇ ਸਰਪੰਚ ਨੇ ਮੈਂ ਹਰ ਵਿਰੋਧ ਕੀਤਾ ਮੈਂ ਸਰਪੰਚ ਗਲਤ ਕੰਮ ਕਰ ਰਿਹਾ ਤੂੰ ਇਹਨੇ ਇੱਕ ਇੱਕ ਮਰ ਪੈਸੇ ਤੂੰ ਲੈ ਗਿਆ ਗੱਲ ਕਰ ਕਰਾ ਇੱਕ ਵੀ ਸਬੂਤ ਕਰਾ ਮੇ ਤੋਂ ਗੱਲ ਕਰ ਤੇਰੇ ਨਾਲ ਮੈਂ ਲੈ ਲਿਆ ਫਿਰ ਉਦੋਂ ਬਾਅਦ ਜੀ ਇਹਨੇ ਗੁਰਦੁਆਰੇ ਗੱਲ ਕਹੀ ਕਰਾਂ ਮੈਂ ਸਾਰੇ 50 50 ਰੁਪਏ ਮੋੜ ਤੇ ਕਰੋ ਗੱਲ ਇਹ ਮੈਂ ਕਹਿੰਦਾ ਮੇਰੇ ਘਰਾਂ ਚ ਵੀ ਕਟੇ 400 ਰੁਪਏ ਕਾਦੇ ਸੀਗੇ ਸਰਪੰਚ ਉਹ ਅਸੀਂ ਆਪੇ ਪ੍ਰਿੰਟ ਕਟਾਏ ਤੇ ਜੀ ਲੋਕਡਾਊਨ ਵੇਲੇ ਨਾ ਕਿਸੇ ਕੰਪਿਊਟਰ ਤੋਂ ਸਪਾਏ ਤੇ ਉਹ ਜੀ ਸਾਰੇ ਉਹ ਤਿੰਨ ਤਿੰਨ ਫਾਰਮ ਲੱਗੇ ਤੇ ਜੀ ਇਹ 50 ਰੁਪਏ ਜੇ ਤਿੰਨ ਫਾਰਮ ਲੱਗਦੇ ਨੇ ਜੀ 2 ਰੁਪਏ ਦੀ ਫੋਟੋ ਸਟੇਟ ਹੋ ਜਾਂਦੀ ਉਹ ਸਟੇਟ ਨਹੀਂ ਹੋਈ ਜੀ ਉਹ ਪ੍ਰਿੰਟੇ ਕੱਢੇ ਤੇ ਕਾਊਂਟਰ ਕੰਪਿਊਟਰ ਤੇ ਫੋਟੋ ਫੋਟੋ ਸਟੇਟ ਫਾਰਮ ਸੀਗੇ ਤੁਸੀਂ ਮੈਂ ਤੁਹਾਨੂੰ ਮੇਰੇ ਘਰਾਂ ਚ ਲੈ ਕੇ ਚਲਦਾ ਜਿੰਨਾਂ ਤੋਂ ਪੈਸੇ ਲੈਨੇ ਵੀ ਪੈਸੇ ਕਿਹਨੇ ਲੈਨੇ ਇਹ ਤਾਂ ਜੀ ਤੁਹਾਡੇ ਤੇ ਵੀ આરોਪ ਲਗਾ ਰਹੇ ਨੇ ਕਹਿੰਦੇ ਕੋਠੇ ਇਹ ਜੀ ਮੈਂ ਮੈਂ ਸਬੂਤ ਕਰਾਉਂਗਾ ਕਹਿੰਦਾ ਮੈਂ ਲੈ ਲੈ ਮਹਾ ਦੂਨ ਲੈ ਲੈ ਇਹ ਜਾਲ ਇਹ ਤਾਂ ਮਤਲਬ ਹੈ ਜੀ ਸਾਰਾ ਪਿੰਡ ਦਾ ਪੈਸਾ ਹੈ ਜਿਹੜਾ ਇਦਾਂ ਹੀ ਖਰਾਬ ਹੁੰਦਾ ਹੈ ਜੀ ਕੰਦਾ ਸਾਹਮਣੇ ਮੈਨੂੰ ਮੇਰੇ ਪਿੰਡ ਦਾ ਇੱਕ ਇੱਕ ਬੰਦਾ ਕਹਦੇ ਵੀ ਪੈਸੇ ਮੈਂ ਲੈਨੇ ਮੈਨੂੰ ਇੱਕੀ ਬੰਦਾ ਕਹਦੇ ਮੇਰੇ ਤੇ ਕਾਰਵਾਈ ਕਰਾ ਦਿਓ ਸਰਪੰਚ ਸਾਹਿਬ ਇਹ ਤਾਂ ਮਸਲਾ ਕੋਈ ਹੋਰ ਹੈ ਨਿਕੜਿਆ ਇੱਥੇ ਗੱਲ ਕੋਈ ਹੋਰ ਨਾ ਕਰਨ ਆਏ ਸੀਗੇ ਦਰਖਤਾਂ ਕਰਕੇ ਆਏ ਸੀਗੇ ਤੇ ਤਾਂ ਹੁਣ ਜਿਹੜੀ ਗੱਲ ਆ ਤੁਸੀਂ ਆਪੇ ਕਹਿ ਦਿੱਤਾ ਕਿ ਵੰਡ ਵੰਡਈਏ ਪੈਸੇ ਰੌਲਾ ਪਿਆ ਹੁਣ ਪੈਸੇ ਦਾ ਜਿਹੜਾ ਗਵਨ ਜੀ ਪਿੰਡ ਚ ਹੋ ਰਿਹਾ ਇਹ ਤਾਂ ਲੱਗ ਰਿਹਾ ਬਿਲਕੁਲ ਨਹੀਂ ਜੀ ਬਾਕੀ ਪੈਸੇ ਦਾ ਕੋਈ ਗਵਨ ਨਹੀਂ ਹੈਗਾ 50 50 ਰੁਪਏ ਤੁਸੀਂ ਕਹਿੰਦੇ ਹੋ ਉਹ ਲੈ ਗਿਆ ਅਸੀਂ ਤਾਂ ਪਿੰਡ ਚੋਂ ਕਰੇ ਨੇ ਗੱਲਾਂ ਤਾਂ ਸਾਹਮਣੇ ਆ 50 50 ਰੁਪਏ ਨੇ ਜਿਹੜੇ ਜੀ ਉਹ ਫਾਰਮ ਭਰਨ ਦੇ ਲਏ ਸੀ ਜੀ ਅਸੀਂ ਨੇ ਸਾਰਿਆਂ ਨੇ ਲਏ ਤੇ ਗਰੀਬ ਮੰਗਾ ਕਹਿੰਦਾ 50 50 ਰੁਪਏ ਲੈ ਲਓ ਮੈਨੂੰ ਜਦ ਦੱਸਿਆ ਵੀ ਇਹ ਇੰਨੇ ਪੈਸੇ ਵੀ ਹੋ ਗਏ ਇਹਨਾਂ ਦੇ ਵੀ ਜਿਹੜੇ ਫਾਰਮਰ ਨੇ ਜੀ 150 150 ਬੰਦੇ ਦਾ ਤਕਰੀਬਨ ਫਾਰਮ ਉਹ ਭਰਿਆ ਗਿਆ ਹੋ ਜੀ ਜਿੰਨਾ ਤੁਹਾਡੇ ਕੋਲ ਪੈਸਾ ਆਇਆ ਜੀ ਸਰਕਾਰ ਵੱਲੋਂ ਗ੍ਰਾਂਟ ਵਗੈਰਾ ਜੋ ਵੀ ਆਇਆ ਜੋ ਠੇਕਾ ਸੀਗਾ ਉਹਦਾ ਹਿਸਾਬ ਹੈਗਾ ਜੀ ਪੂਰਾ ਕਿਉਂਕਿ ਹੁਣ ਇਹ ਮਸਲਾ ਉੱਠਣਾ ਹੈ ਜੀ ਕਿਉਂਕਿ ਹੁਣ ਤੁਸੀਂ ਕਹਿੰਦਾ ਵੀ ਵੰਡ ਬੰਡਈਏ ਕਰਕੇ ਰੌਲਾ ਪਿਆ ਦਰਾਖਤਾਂ ਦਾ ਮਾਮਲਾ ਸੀਗਾ ਉੱਥੇ ਤੱਕ ਠੀਕ ਸੀ ਚੱਲ ਰਿਹਾ ਸੀ ਪਰ ਹੁਣ ਜਿਹੜਾ ਮਾਮਲਾ ਸੀਗਾ ਹੋਰ ਹੈ ਸਾਹਮਣੇ ਆ ਰਿਹਾ ਜੀ ਬਿਲਕੁਲ ਬੇਸ਼ੱਕ ਇਨਕੁਆਰੀ ਹੋ ਜਾਏ ਜੀ ਮੇਰਾ ਪਿੰਡ ਚ ਬਹੁਤ ਪੈਸਾ ਲੱਗਿਆ ਹੋਇਆ ਪਹਿਲਾਂ ਕਿੰਨੇ ਕਿੰਨੇ ਬੰਦੇ ਨੇ ਜੀ ਕਿਹ ਮੰਡਾ ਬੰਡਾਈ ਆ ਦਰਾਖਤਾਂ ਦੀ ਹੋਈ ਆ ਜੀ ਅੱਛਾ ਜੀ ਹਾਂ ਜੀ ਇਹਨਾਂ ਨੇ ਕਹਿਦਾ ਵੀ ਤੁਸੀਂ ਘੱਟ ਵੇਚੇ ਨੇ ਜੀ 8000 ਦਾ ਹੀ ਰੌਲਾ ਜੀ 60 ਲੱਖ ਵਾਲਾ ਨਹੀਂ ਹੈਗਾ ਜੀ ਹਾਂ ਜੀ 8000 ਰੁਪਏ 'ਚ ਰੌਲਾ ਪਾ ਰਹੇ ਨੇ ਮਸਲਾ ਆਏਗਾ ਜੀ ਇਹ ਦੇਖ ਲਓ ਸਰਪੰਚ ਜੀ ਪਿੰਡ ਦੇ ਮੁੱਖ 60 ਲੱਖ ਵਾਲਾ ਮਸਲਾ ਨਹੀਂ 8000 ਰੁਪਏ 'ਚ ਲੜਾਈ ਹਾਂ ਜੀ ਗਮੂਆ ਫਿਰਦੀਆਂ ਨੇ ਧੱਕੇ ਖਾਂਦੀਆਂ ਜੀ ਕਿਹੜੇ 60 ਲੱਖ ਦਾ ਗਰੰਟਾ ਲੈ ਹਾਂ ਜੀ ਮੈਂ ਬਹੁਤ ਪੈਸਾ ਲਾਇਆ ਜੀ ਪਿੰਡ 'ਚ ਹੁਣ ਤੁਸੀਂ ਚੈੱਕ ਕਰ ਲਓ ਵੀ ਕਿਸੇ ਪਿੰਡ 'ਚ ਕੰਮ ਨਹੀਂ ਚੱਲ ਰਿਹਾ ਹੂੰ ਮੇਰੇ ਪਿੰਡ ਚ ਅੱਜ 20 ਕੰਮ ਚੱਲ ਰਿਹਾ ਹੁਣ ਮੇਰੇ ਵੀ ਕਰ ਕਰਕੇ ਕੰਮ ਚਲਾ ਰਹੇ ਆ ਜੀ ਬੇਨਤਾ ਕਰ ਕਰਕੇ ਸਰਪੰਚ ਨੂੰ ਇਹ ਗੱਲ ਕਹੀ ਆ ਜੀ ਵੀ ਤੂੰ ਪਿੰਡ ਦਾ ਵਿਕਾਸ ਕਰ ਰਹੀਂ ਅਸੀਂ ਤੇਰੇ ਨਾਲ ਆ ਇਹਨੂੰ ਇਹ ਕਰੇ ਪਿੰਡ ਦਾ ਵਿਕਾਸ ਕਰ ਰਹੀਂ 1 ਰੁਪਿਆ ਸਾਡੇ ਦੇ ਸਾਫਤ ਹੋ ਜਾਵੇ ਵੀ 1 ਰੁਪਿਆ ਲਿਆ ਜੀ ਪੱਤਰਕਾਰ ਜੀ ਪੱਤਰਕਾਰ ਜੀ 1 ਰੁਪਈਆ ਸਾਫਤ ਹੋ ਜਾਵੇ ਵੀ ਅਸੀਂ ਇਹ ਤਾਂ ਕਦੇ ਚਾਹ ਦਾ ਕੱਪ ਵੀ ਪੀਤਾ ਜੀ ਮੈਂ ਕਹਿੰਦਾ ਧੌਣ ਲਾ ਦਿਓ ਸਾਡੇ ਜੀ ਲਓ ਜੀ ਇਹ ਮਸਲਾ ਜੀ ਸਰ ਇੱਕ ਮਿੰਟ ਜੀ ਇੱਕ ਗਨੋਰ ਦੀਪਿਆਈ ਮੜਾ ਇੱਧਰ ਬੋਲੀ ਹੋਈ ਨੂੰ ਕਿੰਨੇ ਮਿੰਟ ਇੱਕ ਸਰਪੰਚਕਾਰ ਹੁਣ ਇੱਧਰ ਹੋਣਾ ਇੱਧਰ ਗੱਲ ਸੁਣ ਇੱਧਰ ਇੱਕ ਮਿੰਟ ਜੀ ਆਪਣਾ ਲੈਟਾ ਕਰਾਇਆ ਕਿੰਨਾ ਚਿਰ ਹੋ ਗਿਆ ਇੱਕ ਇੱਕ ਮਿੰਟ ਖੜੇ ਇੱਕ ਸਾਲ ਹੋ ਗਿਆ ਜੀ ਪੂਰਾ ਪੱਤਰਕਾਰ ਜੀ ਸਾਡੇ ਜੋ ਮਤਲਬ ਕੇ ਪਿੰਡ ਦੀ ਬੋਲੀ ਹੋਈ ਆ ਜੀ ਉਹਨੂੰ ਘੱਟ ਤੋਂ ਘੱਟ ਮੇਰਾ ਖਿਆਲ 7-8 ਮਹੀਨੇ ਹੋ ਗਏ ਠੀਕ ਆ ਜੀ ਉਹਦੀ ਕਿਸੇ ਬੰਦੇ ਨੂੰ ਰਸੀਦ ਨਹੀਂ ਦਿੱਤੀ ਜੀ ਸਰਪੰਚ ਰਸੀਤਾ ਸਾਰੀਆਂ ਹੈਗੀਆਂ ਨੇ ਜੀ ਬਹੁਤ ਬੰਦੇ ਲਏ ਵੀ ਆਏ ਬਹੁਤ ਰਹਿੰਦੇ ਨੇ ਜੀ ਪੈਸੇ ਬੰਦਿਆਂ ਨੇ ਪੈਸੇ ਹੀ ਬੋਲ ਬਈ ਮੈਨੂੰ ਪਿਛਲੇ ਸਾਲ ਦੀ ਰਸੀਦ ਵੀ ਨਹੀਂ ਮਿਲੀ ਐ ਇੱਕਤੀ ਦੀ ਵੀ ਕਹਿੰਦਾ ਜੀ ਪਿਛਲੇ ਸਾਲ ਹਾਂ ਜੀ ਰਸੀਦ ਮਿਲੀ ਇਹ ਮੇਰੇ ਕੋਲ ਲੈਣ ਨਹੀਂ ਆਇਆ ਜੀ ਰਸੀਦ ਪੈਸੇ ਨੇ ਬੋਲੀ ਤਈ ਦੇਤੇ ਤੇ ਜੀ ਹਾਂ ਜੀ ਨਹੀਂ ਫਿਰ ਵਰਜਾ ਜੀ ਤੁਹਾਡਾ ਫੋਨ ਕਰਕੇ ਕਹਿਣ ਦਾ ਵੀ ਰਸੀਦ ਲੈ ਕੇ ਜਾ ਰਸੀਦ ਇਹਨੂੰ ਅੱਜੇ ਦੇ ਦੇਣਾ ਜੀ ਹੁਣੇ ਤੇ ਪਹਿਲਾਂ ਪਿਛਲੇ ਸਾਲ ਦੀ ਵੀ ਨਹੀਂ ਮਿਲੀ ਜੀ ਤੁਸੀਂ ਕਹਿੰਦੇ ਹੋ ਅੱਜ ਦੇ ਦੇਣੀ ਕਿਉਂ ਨਹੀਂ ਮਿਲੀ ਜੀ ਕੀ ਕਾਰਨ ਸੀਗਾ ਫਿਰ ਵਿੱਚ ਕੋਈ ਚੱਕਰ ਤਾਂ ਹੈਗੇ ਨੇ ਬਿਲਕੁਲ ਕੋਈ ਚੱਕਰ ਨਹੀਂ ਹੈਗਾ ਜੀ ਸਪੰਸਰ ਬਹੁਤ ਕੁਝ ਲਿਕੜਨਾ ਹੈ ਹਾਂ ਜੀ ਆਜੋ ਜੀ ਅੱਗੇ ਆਜੋ ਨਹੀਂ ਵਿਕਣੀ ਇਕੱਲੇ ਗੋਕੀ ਰਸੀਤ ਹੋਰ ਸਾਨੂੰ ਕਿਸੇ ਬੰਦੇ ਨੂੰ ਰਸੀਤ ਨਹੀਂ ਮਿਲੀ 80 80 ਦਾ ਇੱਕ ਬਕੌਫ ਮੇਰੇ ਕੋਲ ਕਹਿੰਦੇ ਜੀ ਅੱਜ ਰਸੀਦਾਂ ਦੇ ਦੰਨੇ ਆ ਮੇਰੇ ਪਿੰਡਿਆਂ ਲਾਈਟਾਂ ਖਰਾਬ ਹੋਈਆਂ ਨੇ ਇੱਕ ਸਾਲ ਪੂਰਾ ਦਾ ਸਰਪੰਚ ਨੂੰ ਮੈਨੂੰ ਕਹਿੰਦੇ ਨੂੰ ਮੈਂ ਪੰਚਾਇਤ ਮੈਂਬਰ ਆ ਮੇਰੇ ਵਾਰਡ ਦਾ ਇੱਕ ਸਾਲ ਹੋ ਗਿਆ ਪੂਰਾ ਕਹਿੰਦੇ ਨੂੰ ਆਹ ਕਹਿੰਦੇ ਪਿੰਡ ਦੇ ਇੱਕ ਵੀ ਲੈਣ ਦੀ ਠੀਕ ਕਰਾਈ ਪੁੱਛੋ ਕਹੜੇ ਨੇ ਮੂਦੇ ਜੀ ਲਾਈਟਾਂ ਬਿਲਕੁਲ ਠੀਕ ਕਰਾਈਆਂ ਨੇ ਜੀ ਕਿਸੇ ਬੰਦਾ ਜੱਸੀ ਆ ਮੁੰਡਾ ਉਹਨਾਂ ਨੇ ਠੀਕ ਕਰਾਈਆਂ ਨੇ ਮੇਰੇ ਤੋਂ ਪੈਸੇ ਲੈਨੇ ਜੀ ਉਹਨਾਂ ਨੇ ਜੀ ਹਾਂਜੀ ਤੁਸੀਂ ਵੀ ਕੁਝ ਕਹਿ ਰਹੇ ਸੀਗੇ ਜੀ ਆਜੋ ਤੁਸੀਂ ਵੀ ਮੈਂ ਤਾਂ ਪਹਿਲਾਂ ਦੀ ਗੱਲ ਕਰਦਾ ਵੀ ਪਹਿਲਾਂ ਕਿਸੇ ਕੋਈ ਵੀ ਸਰਪੰਚ ਨੇ ਰਸੀਦ ਨਹੀਂ ਦਿੱਤੀ ਹੁਣ ਜੇ ਆ ਚੱਲ ਕਟਨੀਆਂ ਆਉਣਗੀਆਂ ਦੇ ਦੇ ਸਕਦਾ ਦੀ ਇਹ ਪਹਿਲਾਂ ਕਿਹੜੇ ਦਿੱਤੀ ਜ ਨੇ ਕਿਸੇ ਨੇ ਉਹ ਆਗੇ ਜੀ ਸਾਫਕਾ ਸਰਪੰਚ ਸਾਹਿਬ ਨੇ ਜੀ ਆਜੋ ਸਰਪੰਚ ਸਾਹਿਬ ਇਹਨਰ ਚੀ ਦੀ ਪਈ ਆਜੀ ਪਈ ਆ ਜੀ ਮੈਂ ਮੇ ਤੋਂ ਅੱਜ ਵੀ ਨਾ ਪਿਛਲੇ ਪਿਛਲੇ ਜੋ ਮੈਂ ਸਰਪੰਚੀ ਕੀਤੀ ਪੰਜ ਸਾਲ ਦਾ ਅੱਜ ਵੀ ਰਿਕਾਰਡ ਮੰਦੇ ਮੰਗਣ ਤੱਕ ਕੱਲੇ ਕੱਲੇ ਸਾਲ ਦੀ ਫਾਈਲ ਅੱਡ ਫਾਈਲ ਪਈਆ ਫੋਟੋਕਾਪੀਆਂ ਕੀ ਕਹਿੰਦੇ ਸਾਰਾ ਇਹਨੇ ਦਿੱਤੀਆਂ ਹੋਣਗੀਆਂ ਠੀਕ ਆ ਮੈਂ ਇਹਦਾ ਇਹਦੇ ਵੀ ਕਹਿੰਦਾ ਤੁਸੀਂ ਪਿਛਲੇ ਸਰਪੰਚ ਪਿੱਛੇ 3 ਸਾਲ ਹੋ ਗਏ ਮੈਂ ਜਦਿਆਂ ਗੱਲਾਂ ਕਰਦਾ 20 ਸਾਲ ਦੀ ਨਹੀਂ ਜੀ 20 ਸਾਲ ਤਾਂ ਬਹੁਤ ਹੋ ਗਏ ਗੱਲ ਤਾਂ ਆਣਾ ਸਾਹਿਬ ਸਾਰੀਆਂ ਰਸੀਤਾਂ ਪਈਆਂ ਨੇ ਬਹੁਤ ਬੰਦੇ ਲੈ ਆਏ ਹਾਂਜੀ ਬਾਕੀ ਦੀਆਂ ਮੈਂ ਅੱਜ ਹੀ ਇਹਨਾਂ ਦੇ ਘਰ ਘਰ ਪਹੁੰਚਾ ਦਵਾਂਗਾ ਰਸੀਤਾਂ ਸਾਰੀਆਂ ਇਦਰਖਤਾਂ ਦਾ ਕੀ ਕਾਰਨ ਸੀਗਾ ਜੀ ਪਾਈਪ ਲਾਈਨ ਸਾਈਡ ਤੇ ਪੈ ਸਕਦੀ ਸੀ ਗੱਲ ਮੇਨ ਉੱਥੇ ਹੀ ਰਿਹਾਉਣਿਆਂ ਤੇ ਇਹ ਕਿਉਂ ਪੱਟੇ ਗਈ ਜੀ ਤੁਹਾਨੂੰ ਪਤਾ ਸੀਗਾ ਕਿ ਦਰਖਤ ਪੱਟਣਾ ਮਾਹ ਪਾਪ ਹੈ ਇੱਕ ਏ ドラਗਤ ਜੀ ਇਹਦੇ ਵਿੱਚ ਦੀ ਕਹਿੰਦੇ ਪਰਲੀ ਵਾਲੇ ਵੀ ਕਹਿੰਦੇ ਵੀ ਗੱਬੇ ਦੀ ਪਾਓ ਜੀ ਖੇਤਾਂ ਵਾਲੇ ਕਹਿੰਦੇ ਜੀ ਵਿਊਰਾਂ ਪਰਾਂ ਦੀ ਪਾਈਪ ਲਾਈਨ ਨਾ ਪਾਓ ਤਾਂ ਕਿ ਉਰੇ ਰੇਤਾ ਮਿੱਟੀ ਚੱਕਣੀ ਪੈ ਸਕਦੀ ਹੈ ਜੀ ਜੀ ਹਾਂਜੀ ਜੀ ਮਿੱਟੀ ਵੀ ਚੱਕਣ ਦੀ ਹੈਗੀ ਆ ਪਰ ਮਾਈਨਿੰਗ ਤੇ ਵੀ ਹੁਣ ਤਾਂ ਪਾਬੰਦੀ ਹੈ ਜੀ ਨਹੀਂ ਜੀ ਨਹੀਂ ਨਹੀਂ ਆਏ ਹੁਣ ਥੋੜੋ ਚੱਕਣੀ ਹੈ ਜੀ ਵੀ ਕੋਈ ਕਿਸੇ ਵਕਤ ਵੀ ਇਹ ਖੇਤ ਦੀ ਮਿੱਟੀ ਚੱਕਣੀ ਪੈ ਜਾਂਦੀ ਹੈ ਜੀ ਹਾਂਜੀ ਪਹਿਲਾਂ ਵੀ ਚੋਰੀ ਚਕਾਈ ਵੀ ਹੁਣ ਹਿੱਸੇ ਦੀ ਸਰਪੰਚ ਸਾਹਿਬ ਫੇਰ ਗੱਲ ਕਰਦੇ ਆ ਕਿਨੇ ਕਿਨੇ ਰੌਲਾ ਪਾਇਆ ਬਈ ਹਿੱਸਾ ਗਲਤ ਆ ਸਾਰੀ ਪੰਚਾਇਤ ਮੈਂਬਰ ਥੋੜੇ ਦੂਜਿਆਂ ਨੂੰ ਕਿਨੇ ਕਿਨੇ ਆ ਗਏ ਜਿਹੜਿਆਂ ਦੇ ਮਤੇ ਪਾਏ ਇਹਨਾਂ ਇਹਨਾਂ ਚੋਂ ਆਉਂਦਾ ਹੀ ਨਹੀਂ ਜੀ ਕੁਝ ਬਚਦਾ ਹੀ ਨਹੀਂ ਇਹਦੇ ਚੋਂ ਜੀ ਠੇਕੇਦਾਰ ਦੇ ਹੀ ਪੈਸੇ ਮਸਾ ਪੂਰੇ ਹੋਏ ਨੇ ਉਹਨੂੰ 8 ਦਿਨ ਲੱਗੇ ਪੱਟਣ ਨੂੰ ਪਰਲੇ ਉਹਨੂੰ ਸਾਹਿਬ ਜੀ ਸਾਹਿਬ ਲਾੜ ਜਮੀਨ ਦਾ ਵੀ ਫੇਰ ਹਿੱਸਾ ਪਾਇਆ ਹੋਊਗਾ ਜੀ ਮਾੜਾ ਮੁੱਢ ਫਿਰਦੇ ਨੇ ਮੇਰੇ ਮਗਰ ਮੈਂ ਦਿੰਦਾ ਨਹੀਂ ਕਿਸੇ ਨੂੰ ਵੀ 1 ਰੁਪਿਆ ਜੀ ਹਾਂਜੀ ਮੈਂ ਵੀ ਹਿਸਾਬ ਦੇਣਾ ਜੀ ਹੂੰ ਉਹਨਾਂ ਹਿਸਾਬ ਤਾਂ ਹੁਣ ਸਾਰਾ ਸਾਹਮਣੇ ਆਉਣਾ ਜੀ ਪਤਾ ਲੱਗਣੇ ਇੱਕ ਇੱਕ ਰੁਪਈਏ ਦਾ ਹੋ ਜਾਵੇ ਚਾਹੇ ਕੋਈ ਚਿੰਤਾ ਨਹੀਂ ਹੈਗੀ ਆਪਾਂ ਨੂੰ ਸਾਰਾ ਮੇਰੇ ਕੋਲ ਹਿਸਾਬ ਹੈ ਇਹਦਾ ਜੀ ਜੀ ਹਾਂਜੀ ਪਹਿਲਾਂ ਨਹੀਂ ਕੋਈ ਦਿੱਤਾ ਹੋਰ ਰੌਲਾ ਇਹਨਾਂ ਨੇ ਇੱਥੇ ਪਾਤਾ ਜੀ ਰੌਲਾ ਕਿੰਨਾ ਟਾਈਮ ਹੋ ਗਿਆ ਜੀ ਸਰਪੰਚ तकरीबन 5 ਸਾਲ ਦੇ ਲਾਗੇ ਤਾਗੇ ਹੋ ਗਿਆ ਸਰਪੰਚੀ ਚਲਦੀ ਨਹੀਂ ਥੋੜੀ तकरीबन 4-5 ਸਾਲ ਹੋ ਗਏ ਉਹਨਾਂ ਦੇ ਜੀ ਸਾਲ ਸਵਾ ਸਾਲ ਰਹਿੰਦਾ ਜੀ ਹਾਂਜੀ ਤੇ ਐਵੇਂ ਇਲੈਕਸ਼ਨ 'ਚ ਬਣੇ ਤੇ ਜੀ ਉਦੋਂ ਕਿਉਂ ਨਹੀਂ ਇਹ ਗੱਲ ਉੱਠੀ ਜੀ ਬਈ ਹਿੱਸੇ ਵਾਲੀ ਇਹ 8000 ਕਰਕੇ ਕਿਉਂ ਠਕੜੀ ਇਹਦਾ ਦੇ ਉਹਦੇ ਜੀ ਮੈਂ ਇਹਨਾਂ ਨੂੰ ਕਿਹਾ ਵੀ ਮਨਜ਼ੂਰੀ ਲੈ ਲੈਣ ਦੇ ਕੋਈ ਲੋੜ ਨਹੀਂ ਜਾਂ ਪੰਚਾਇਤ ਦੀ ਸਹਿਮਤੀ ਆ ਪਾੜ ਦੋ ਹਾਂਜੀ ਮੰਨਦੇ ਹਾਂ ਗਲਤ ਹੋਇਆ ਏ ਬਿਲਕੁਲ ਗਲਤ ਹੈ ਜੀ ਮੈਂ ਤਾਂ ਪਹਿਲਾਂ ਤੋਂ ਹੀ ਕਹਿੰਦਾ ਸੀ ਵੀ ਗਲਤ ਹੈ ਜੀ ਹੁਣ ਕਿੰਨੇ ਮੈਂਬਰ ਤੁਹਾਡੇ ਨਾਲ ਸਹਿਮਤ ਨੇ ਮੇਰੇ ਨਾਲ 4 ਮੈਂਬਰ ਨੇ ਜੀ 4 ਤੇ ਦੋ ਮੈਂਬਰ ਨੇ ਜਿਹੜੇ ਇਹ ਕਹਿ ਰਹੇ ਨੇ ਵੀ ਇਹ ਗਲਤ ਕਰਦੇ ਨੇ ਜੀ ਪਿੰਡ ਨੂੰ ਹਾਂਜੀ ਇਹੀ ਬਦਲ ਗਿਆ ਜੀ ਦੂਏ ਲੋ ਉਠਾ ਕੇ ਹੋਣਾ ਫਸਾ ਕੇ ਮੈਨੂੰ ਇਹਨਾਂ ਨੇ ਆਏ ਹੋ ਗਿਆ ਵੀ ਸਨ ਹਾਏ ਸਰਪੰਚ ਫਸ ਗਿਆ ਹੁਣ ਇਹਨੂੰ ਤਾਂ ਕਹਿੰਦੇ ਸੜਕ ਬਣੀ ਹੈ ਜੀ ਅਸੀਂ ਵੀ ਦੇਖਿਆ ਉਹਦਾ ਹਾਲਾਤ ਬਹੁਤ ਖਰਾਬ ਸੀਗੇ ਜਿਹੜਾ ਲਿੰਕ ਰੋਡ ਬਾਬਲਪੁਰ ਤੋਂ ਪਾਸੋਂ ਤੋਂ ਪਟਿਆਲਾ ਰੋਡ ਨੂੰ ਕਾਕਾ ਜੀਆਂ ਤੇ ਗੋਡੀਆਂ ਹੱਥ ਲਾ ਲਾ ਕੇ ਜੀ ਉਹ ਕਹਿੰਦੇ ਮਿੱਟੀ ਤਾਂ ਆਪਣੇ ਪੱਲਿਓਂ ਪਾਈ ਹੈ ਜੀ 2.5 ਲੱਖ ਤੱਕ ਦੀ ਕਹਿ ਰਹੇ ਬਿਲਕੁਲ ਗਲਤ ਕਰਦਾ ਜੀ ਗੱਲ ਇਹ ਓਏ ਦਿੱਤੇ ਜ਼ਰੂਰ ਨੇ ਨੇ ਪੈਸੇ ਇੱਕ ਕਮੈਂਟ ਰਣਜੀਤ ਚੁੱਪ ਕਰ ਜਾ ਹਾਂ ਬੋਲਦੇ ਨਹੀਂ ਬੋਲਦੇ ਨਹੀਂ ਖੜ ਜਾ ਜੀ ਬਾਅਦ ਚ ਬੋਲਾਂਗੇ ਮੈਨੇ ਨਾ ਜੀ ਇੱਕ ਇੱਥੇ ਸਾਡੇ ਜੀਬੀਸੀ ਵਾਲਾ ਮਸ਼ੀਨ ਵਾਲਾ ਹੋਰ ਆ ਬੰਦਾ ਉਹਦੇ ਨਾਲ ਗੱਲ ਕਰੀ ਵੀ ਭਾਈ ਮਿੱਟੀ ਪਾਉਣੀ ਆ ਵੀ ਪੈਸੇ ਤੈਨੂੰ ਜਿਆਦਾ ਇਹ ਮਨਜ਼ੂਰ ਹੋਣਗੇ ਜਦ ਮਿਲਣਗੇ ਉਹ ਕਹਿੰਦਾ ਸਰਪੰਚ ਸਾਹਿਬ ਤੁਸੀਂ ਐਂ ਕਰੋ ਵੀ ਇਹਦੇ ਚ ਤੇਲ ਪਾਣੀ ਜੋਗੇ ਦੇਈ ਜਾਇਓ ਬਈ ਬਾਕੀ ਕੋਈ ਗੱਲ ਨਹੀਂ ਜਦ ਮਿਲਣਗੇ ਮੈਂ ਜਦ ਦੇ ਮੈਂ ਕਿਹਾ ਠੀਕ ਐ ਇਹਦਾ ਗਰਦੀਮਾਨ ਦਾ ਮੈਨੂੰ ਫੋਨ ਆਇਆ ਕਹਿੰਦਾ ਸਰਪੰਚ ਮਿੱਟੀ ਮੋਣੇ ਤੋਂ ਪਵਾਣੀਆਂ ਮੈਂ ਕਿਹਾ ਹਾਂ ਕਹਿੰਦਾ ਉਹ ਤੋਂ ਪਵਾਵਾਂਗੇ ਨਾਲੇ ਘੱਟ ਪਾਊਗਾ ਮੈਂ ਕਿਹਾ ਮਾਨ ਸਾਹਿਬ ਪੈਸੇ ਨਹੀਂ ਬਣਦੇ ਪੈਸੇ ਨਾ ਇਹ ਢੀ ਸੇਤੀ ਨਿਕਲਣ ਨੇ ਇਹ ਮਨਜ਼ੂਰ ਕਰਾ ਕੇ ਪੈਸੇ ਨਿਕਲਣਗੇ ਜੀ ਕਿਉਂ ਜੀ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਪੈਸੇ ਮੈਂ ਦਊਂਗਾ ਮੈਂ ਆਪੇ ਹਿਸਾਬ ਕਰੂੰਗਾ ਉਹਨਾਂ ਦਾ ਜੀ ਉਹਨੇ ਤੇ ਮੇਰਾ ਕੀ ਕਸੂਰ ਆ ਜੀ ਕਿੰਨੀ ਸਾਮਲਟ ਜ਼ਮੀਨ ਕਿੰਨੀ ਆ ਜੀ ਪਿੰਡ ਨੂੰ ਪੰਚਾਇਤ ਦੀ ਜ਼ਮੀਨ 331 ਪਲਾਟ ਨੇ ਜੀ ਸਾਡੇ ਕਿੰਨੇ ਪਲਾਟ ਕਿੰਨੇ ਖਿੱਲਿਆਂ ਦਾ ਜੀ ਹਾਂ ਜੀ ਕਿੰਨੇ ਏਕੜ ਆਈ ਸਾਰੇ ਸਾਰੇ 31 ਏਕੜ ਆ ਜੀ 31 ਏਕੜ ਉਹਦਾ ਠੇਕਾ ਫਿਰ ਉਹ ਵੀ ਪੈਸਾ ਆਉਂਦਾ ਹੋਊਗਾ ਜੀ ਪਿੰਡ ਚ ਵੀ ਕਹਿ ਰਹੇ ਨੇ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਤੇ ਉਹ ਪੈਸਾ ਕਿੱਥੇ ਜਾਂਦਾ ਕਿਤੇ ਵੰਡਿਆ ਤਾਂ ਨਹੀਂ ਜਾਂਦਾ ਨਹੀਂ ਜੀ ਨਹੀਂ ਨਹੀਂ ਬਿਲਕੁਲ ਪੈਸਾ ਮੇਰਾ ਬਹੁਤ ਲੱਗਿਆ ਹੋਇਆ ਜੀ ਪਿੰਡ ਦੇ ਵਿੱਚ ਅਜੇ ਮੇਰੇ ਕੰਮ ਕਾਸ਼ ਮੇਰੇ ਕੋਲ ਪਿਆ ਵੀ ਹੈ ਜੀ ਸਾਰਾ ਇੰਤਕੀ ਵਾਲਾ ਸਾਰਾ ਪਿਆ 15ਵਾਂ ਬਿੱਤ ਕਮਿਸ਼ਨ ਪਿਆ ਸਾਰਾ ਕੰਮ ਚੱਲ ਰਹੇ ਨੇ ਜੀ ਮੇਰੇ ਹਾਂਜੀ ਤੇ ਹਿਸਾਬ ਕਿਤਾਬ ਸਹੀ ਹੈ ਹੀ ਸਾਰਾ ਬਿਲਕੁਲ ਕਰਿਆ ਜੀ ਇਹ ਤਾਂ ਐਸੇ ਦਰਾਖਤਾਂ ਪਿੱਛੇ ਰੌਲਾ ਪੈ ਗਿਆ ਜੀ ਇਹਨਾਂ ਨੂੰ ਆਇਆ ਹੋ ਗਿਆ ਵੀ ਇਹਨੇ ਵੱਧ ਵੇਚੇ ਨੇ ਮੈਂ ਵੀ ਇਹਨਾਂ ਨੂੰ ਪਰਚੀ ਘੱਟ ਦੀ ਲਿਆ ਕੇ ਦੇਤੀ ਬਸ ਰੌਲਾ ਹੀ ਆ ਜੀ ਇਹ ਚ ਗੱਲ ਤਾਂ ਤੁਸੀਂ ਫੇਰ ਕਹਿੰਦੇ ਹੋ ਇਹਦੇ ਕਰਕੇ ਗੱਲ ਤਾਂ ਉੱਥੇ ਹੀ ਆ ਰਹੀ ਹੈ ਜੀ ਪਿੰਡ ਦੇ ਬਜ਼ੁਰਗ ਵੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਪੂ ਜੀ ਨੇ ਇੱਕ ਹਾਂਜੀ ਬਾਪੂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਠੀਕ ਆ ਕੀ ਲੱਗਦਾ ਜੀ ਕਹਿੰਦੇ ਜੀ ਬੰਡ ਬਣਈਏ ਬਸੇ ਰੌਲਾ ਪੈ ਗਿਆ ਅੱਠ ਮੈਨੂੰ ਨਹੀਂ ਪਤਾ ਇਹ ਗੱਲ ਦਾ ਮੈਂ ਤਾਂ ਪੁੱਤ ਕਰੇ ਵਿੱਚ ਨਹੀਂ ਆਇਆ ਨਹੀਂ ਬਾਪੂ ਜੀ ਲੱਗਦਾ ਪਿਆ ਇਦਾਂ ਦੇ ਕੰਮ ਪਿੰਡਾਂ 'ਚ ਹੁੰਦੇ ਨੇ ਸਰਪੰਚ ਇਹ ਕੰਮ ਵਾਸਤੇ ਚੁਣਦੇ ਆ ਪੰਚਾਇਤਾਂ ਇਹ ਕੰਮ ਵਾਸਤੇ ਤੁਰਦੀ ਚੁਣਦੇ ਕਿ ਵਾਸਤੇ ਚੁਣਦੇ ਆ ਚੰਗੇ ਇਦਾਂ ਕਰਨਾ ਚੰਗੀ ਗੱਲ ਹੈ ਜੀ ਨਾ ਜਿਹੜਾ ਕਰੂਗਾ ਭਰੂਗਾ ਆਪਾਂ ਤਾਂ ਇੱਕ ਜਾਣਦੇ ਆ ਕਹਿੰਦੇ ਜੀ ਜਿਹੜਾ ਕਰੂਗਾ ਭਰੂਗਾ ਸਾਰੇ ਸਹੀ ਗੱਲ ਹੈ ਜੀ ਅਸੀਂ ਸਾਰੇ ਭਰਾਂਗੇ ਜੀ ਹੂੰ ਜੋ ਸਜਾ ਹੋਵੇ ਦੀ ਭਗਤ ਹਾਂਜੀ ਹੋਰ ਕੁਝ ਕਹਿ ਸਕਦੇ ਹੋ ਕਹਿਣਾ ਚਾਹੁੰਦੇ ਹੋ ਸਰਕਾਰ ਜੀ ਇਹ ਕਹਿੰਦੇ ਆ ਵੀ ਇਹਦੀ ਤੈ ਤੱਕ ਇਨਕੁਆਰੀ ਹੋਣੀ ਚਾਹੀਦੀ ਹੈ ਇਹ 95 ਬੰਦਰਾਮ ਕਰਿਆ ਹਾਲਾਂਕਿ ਅਸੀਂ ਤਾਂ ਆਪਣੀ ਜੇਬ ਚੋਂ ਲਾ ਕੇ ਕੰਮ ਕਰਦੇ ਆਂ ਇੱਕ ਰੁਪਿਆ ਸਾਫ ਤੋਂ ਸਰਪੰਚ ਕਰ ਦਵੇ ਤੁਹਾਨੂੰ ਪਹਿਲਾਂ ਵੀ ਕਹਾਂ ਵੀ ਗਰਦਨ ਲਾ ਦਾਂਗੇ ਕੋਈ ਬੰਦਾ ਇਲਜ਼ਾਮ ਲਾ ਦੇ ਇਲਾਕੇ ਦਾ ਬੰਦਾ ਇਲਜ਼ਾਮ ਲਾ ਦੇ ਕਿਸੇ ਬੰਦੇ ਤੋਂ 1 ਰੁਪਿਆ ਕਿਤੇ ਖਾਦਾ ਹੋਵੇ ਇਹ ਸਰਪੰਚ ਸਾਨੂੰ ਕਹਿ ਰਹੇ ਨੇ ਮੈਂਨ ਦਰਖਤਾਂ ਦੇ ਵਿੱਚੋਂ ਇਹਨਾਂ ਨੇ ਹਿੱਸੇ ਪਿੱਛੇ ਰੌਲਾ ਪਿਆ ਜੀ ਬਾਬਾ ਜੋਰਾਵਰ ਫਤੇ ਸਿੰਘ ਦੇ ਸਿੱਧੀ ਜੋੜ ਮੇਲੇ ਦਿਨ ਚੱਲ ਰਹੇ ਨੇ ਉੱਥੇ ਜਾ ਕੇ ਸੌ ਚੱਕਣ ਨੂੰ ਤਿਆਰ ਆਂ ਉਹ ਤਾਂ ਕਹਿੰਦੇ ਸੌ ਚੁੱਕਦੇ ਆ ਤੁਸੀਂ ਮੈਂ ਵੀ ਸੌ ਚੱਕਣ ਨੂੰ ਤਿਆਰ ਆਂ ਜੀ ਹਾਂਜੀ ਬਿਲਕੁਲ ਸੌ ਚੱਕਣ ਨੂੰ ਤਿਆਰ ਆਂ ਜੀ ਜਿਹੜੇ ਨਾਲ ਮੇਰੇ ਇਸ ਗੱਲ ਪਿੱਛੇ ਇਹਨਾਂ ਨੇ ਵੀ ਪੈਸੇ ਛੇ ਹਟ ਗਏ ਹਾਂਜੀ ਪਤਾ ਨਹੀਂ ਨੇ ਪੈਸੇ ਨਾ ਜੋ ਬਚੇ ਹੀ ਨਹੀਂ ਜੀ ਇਹੀ ਰੌਲਾ ਹੋ ਗਿਆ ਇਹਨਾਂ ਨੂੰ ਆਏ ਹੋਗੇ ਵੀ ਸਰਪੰਚ ਨੇ ਵੱਧ ਵੇਚਦੇ ਇਹਨਾਂ ਨੇ ਹਿੱਸੇ ਕਰਕੇ ਤਾਂ ਨਹੀਂ ਕਿਹਾ ਇਹਨਾਂ ਨੇ ਤਾਂ ਇਹ ਹਿਸਾਬ ਮੰਗਣ ਕਰਕੇ ਕਿਹਾ ਹੋਊਗਾ ਜੀ ਕਿ ਹਿੱਸਾ ਮੰਗਿਆ ਹਿੱਸਾ ਮੰਗਦੇ ਨੇ ਜੀ ਲਓ ਜੀ ਇਹ ਤਾਂ ਹਿਸਬਰ ਦੋਦੇ ਜੀ ਇਹ ਕਹਿੰਦੇ ਨੇ ਹਿੱਸਾ ਮੰਗਣ ਦੀ ਲੋਕਡਾਊਨ ਦੇ ਵਿੱਚ ਵੀ ਅਸੀਂ ਪੱਲਿਓ ਰੁਪਈਆ ਲਾ ਕੇ ਰਸਨ ਵੰਡਾ ਦੀ ਪਿੰਡ ਜੀ ਅਸੀਂ ਖੁਦ ਪੱਲਿਓ ਲਾ ਕੇ ਹਾਂ ਜੀ ਬਲਾਓ 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 ਮੁੰਡਾ ਜਿਹੜਾ ਦਰ ਜਿਹਨੇ ਦਰਖਤ ਵੱਡੇ ਨੇ ਉਹ ਵੀ ਆ ਰਿਹਾ ਜੀ ਉਹ ਤੋਂ ਪਤਾ ਕਰ ਲੋ ਵੀ ਤੁਹਾਨੂੰ ਕਿਹਨੇ ਕਿਹਾ ਵੀ ਦਰਖਤ ਵੱਡਣ ਬਾਰੇ ਜੀ ਵੀ ਸਾਰੀ ਪੰਚਾਇਤ ਨੇ ਕਿਹਾ ਕਿਹਨੇ ਤੁਹਾਨੂੰ ਕੀ ਕਿਹਾ ਵੀ ਤੂੰ ਦਰਖਤ ਵੱਢੀ ਹਾਂਜੀ ਹਾਂਜੀ ਹਾਂ ਕਿਰਪਾਨ ਸਾਹਿਬ ਕਹਿੰਦੇ ਸਾਰੀ ਪੰਚਾਇਤ ਨੇ ਦਰਖਤ ਵੱਡਣ ਨੂੰ ਨਹੀਂ ਕਿਹਾ ਇਹ ਤਾਂ ਤੁਸੀਂ ਵੀ ਮੰਨਦੇ ਸਾਰਿਆਂ ਨੇ ਕਿਹਾ ਜੀ ਤਾਂ ਹੀ ਹੋਇਆ ਹੁਣ ਮੈਂ ਕਿਤੇ ਇਕੱਲੇ ਨੇ ਹੁਣ ਮਸਲਾ ਇਹ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕਹਿ ਰਹੇ ਨੇ ਮੈਂ ਚਾਚਾ ਨੂੰ ਇੱਕ ਗੱਲ ਗਿਆ ਸਰਪੰਚ ਨੂੰ ਵੀ ਤੂੰ ਪਿੰਡ ਦਾ ਜੋ ਮਰਜ਼ੀ ਕੰਮ ਕਰਾ ਸੀ ਨਹੀਂ ਤੈਨੂੰ ਰੋਕ ਦੇ ਪਰ じゃ ਸਾਨੂੰ ਅਸੀਂ 4 ਸਾਲ ਅਸੀਂ ਵੀ ਪਿੰਡ ਦੇ ਚੋਣੇਵੇਂ ਬੰਦੇ ਆ ਅਸੀਂ ਕਿਹੜਾ ਕੋਈ ਦੂਜੇ ਲੋਟ ਆ ਠੀਕ ਆ ਨਾ ਸਾਨੂੰ ਬਿਲਕੁਲ ਨਹੀਂ ਪੁੱਛਦਾ ਹਾਲਾਂਕਿ ਜਿਹੜੇ ਬੰਦਿਆਂ ਨੇ ਡੇਮਨ ਐਮਐਲਏ ਤੱਕ ਪਹੁੰਚਿਆ ਇਹ ਬੰਦਿਆ ਉਹਨਾਂ ਤੋਂ ਫੋਨ ਕਰਾਉਂਦਾ ਏ ਵੀ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਆ ਮਸਲੇ 'ਚ ਆ ਜਿਹੜਾ ਦਰਖਤ ਵਾਲਾ ਦਰਖਤ ਵਾਲਾ ਮਸਲਾ ਹੀ ਫੋਨ ਕੀਤਾ ਜੀ ਸਾਨੂੰ ਸਭ ਕਹਿੰਦੇ ਸਿਆਸੀ ਜਿਹੜਾ ਸਾਨੂੰ ਆਜੇ ਬਿਲਕੁਲ ਮੈਂ ਦੇਵਮਾਨ ਜੀ ਨੂੰ ਹਾਲ ਤੱਕ ਮਿਲਿਆ ਨਹੀਂ ਹੈਗਾ ਜੀ ਕਿਸੇ ਵੀ ਵਿਸ਼ੇ ਤੇ ਜੀ ਅਸੀਂ ਕਾਂਗਰਸੀਏ ਤੇ ਜੀ ਪਹਿਲਾਂ ਵੋਟਾਂ ਵਲੇ ਵੀ ਕਾਂਗਰਸੀਏ ਤੇ ਜੀ ਹਾਂ ਜੀ ਕਾਲੀਬਾਈ ਦੇ ਮੰਦਿਰ ਜੀ ਮੰਦਿਰ ਸਾਹਮਣੇ ਹੀ ਕਿਥੇ ਉੱਥੇ ਕੈਂਪ ਲੱਗਿਆ ਪਿਆ ਤੇ ਜੀ ਡਾਕਟਰਾਂ ਦਾ ਕੈਂਪ ਲੱਗਿਆ ਪਿਆ ਤੇ ਜੀ ਮੈਂ ਕੈਂਪ 'ਚ ਗਿਆ ਤੇ ਹੁਣ ਸਾਹਮਣੇ ਹੁਣ ਫੋਨ ਕਰਾਇਆ ਜੀ ਇੱਥੇ ਕੀ ਬਿਲਕੁਲ ਨਹੀਂ ਜੀ ਮੈਂ ਕਿਸੇ ਨੂੰ ਨਹੀਂ ਜਾਣਦਾ ਜੀ ਅੱਜ ਦੇ ਮਾਨੂੰ ਜੀ ਮਿਲ ਕੇ ਆਏ ਨਹੀਂ ਮਾਈ ਦੇ ਮੰਦਿਰ ਚ ਉਹ ਕਹਿੰਦੇ ਕੈਂਪ ਲੱਗਿਆ ਸੀਗਾ ਜੀ ਉੱਥੇ ਕਿਵੇਂ ਹੋ ਗਿਆ ਜੀ ਠੀਕ ਹੈ ਜੀ ਇਹ ਕਾਂਗਰਸੀਆਂ ਇੰਨਾ ਕਹਿ ਸਕਦੇ ਵੀ ਅਸੀਂ ਕਾਂਗਰਸੀਆਂ ਅਸੀਂ ਸਮਾਜ ਸੇਵਕ ਕੋ ਕਹੋ ਸੋ ਇਹ ਮਸਲਾ ਹੈ ਜੀ ਸਰਪੰਚ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਨੇ ਪਿੰਡ ਦੇ ਦੋ ਪੰਚਾਇਤ ਮੈਂਬਰ ਨੇ ਰਣਜੀਤ ਤੇ ਭਾਈ ਮਾਨ ਸਾਹਿਬ ਨੇ ਇੱਥੇ ਉਹਨਾਂ ਨੇ ਕਿਹਾ ਕਿ ਪਿੰਡ ਚ ਜਿਹੜੇ ਬਹੁਤ ਗਲਤ ਕੰਮ ਹੋ ਰਹੇ ਨੇ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਤੇ ਦਰਖਤਾਂ ਬਾਰੇ ਗੱਲ ਹੋਈ ਆ ਕਿ ਦਰਖਤ ਪੱਟ ਕੇ ਵੇਚ ਦਿੱਤੇ ਗਏ ਕਿਹਾ ਜਾਂਦਾ ਹੈ ਕਿ ਦਰਖਤ ਹੀ ਜੀਵਨਾ ਰੁੱਖ ਲਗਾਓ ਸੁੱਖ ਪਾਓ ਇਦਾਂ ਦੀਆਂ ਜਿਹੜੀਆਂ ਸਲੋਗਨ ਨੇ ਉਹ ਲਿਖੇ ਮਿਲਦੇ ਨੇ ਸਕੂਲਾਂ ਤੇ ਹਾਂ ਸਰਕਾਰੀ ਜਗ੍ਹਾ ਤੇ ਕਿਤੇ ਵੀ ਜਾਂਦੇ ਆ ਬਿਲਡਿੰਗਾਂ ਤੇ ਇਦਾਂ ਦੇ ਸ਼ਲੋਕਨ ਮਿਲਦੇ ਨੇ ਪਰ ਸਰਪੰਚ ਸਾਹਿਬ ਨੇ ਉਹ ਕਹਿੰਦੇ ਨੇ ਕਿ ਹਿੱਸੇ ਕਰਕੇ ਰੌਲਾ ਪੈ ਗਿਆ ਵੰਡ ਬਣਈਏ ਕਰਕੇ ਰੌਲਾ ਪੈ ਗਿਆ ਮਸਲਾ ਸਾਹਮਣੇ ਆ ਰਿਹਾ ਏ ਵੰਡ ਬਣਈਏ ਦਾ ਦਰਖਤ ਪੱਟੇ ਗਏ ਨੇ ਗੱਲ ਤਾਂ ਦਰਖਤਾਂ ਤੇ ਕਰਨਾ ਏ ਸੀ ਪਰ ਗੱਲ ਕੁਝ ਹੋਰ ਨਿਕਲ ਰਹੀ ਆ ਵਿੱਚੋਂ ਸੋ ਪਿੰਡ ਦੇ ਜਿਹੜੇ ਪੰਚਾਇਤ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਜੀ ਸਰਪੰਚ ਸਾਹਿਬ ਕਹਿੰਦੇ ਚਾਰ ਮੈਂਬਰ ਮੇਰੇ ਨਾਲ ਨੇ ਦੋ ਮੈਂਬਰ ਨੇ ਜਿਹੜੇ ਉਹ ਕਹਿੰਦੇ ਜਾਂਚ ਹੋਣੀ ਚਾਹੀਦੀ ਆ ਕੱਲੀ-ਕੱਲੀ ਗੱਲ ਦੀ ਸੋ ਸਰਪੰਚ ਸਾਹਿਬ ਕਹਿੰਦੇ ਜਿਹੜੇ ਹੋਰ ਵੀ ਬੰਦੇ ਨੇ ਉਹਨਾਂ ਨੂੰ ਵੀ ਬੁਲਾਉਣੇ ਆ ਕੀ ਸਾਰਾ ਮਸਲਾ ਇਹ ਉੱਚ ਅਧਿਕਾਰੀਆਂ ਨਾਲ ਗੱਲ ਕਰਾਂਗੇ ਕਦੋਂ ਜਾਂਚ ਹੁੰਦੀ ਆ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਰਪੰਚਾਂ ਦਾ ਕੋਲ ਜਿਹੜੇ ਫੰਡ ਗਏ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਤੇ ਜਾਂਚਾਂ ਬਹੁਤ ਚੱਲ ਵੀ ਰਹੀਆਂ ਨੇ ਤੇ ਹੁਣ ਇਹ ਵੀ ਜਾਂਚ ਕਦੋਂ ਹੁੰਦੀ ਆ ਕਦੋਂ ਇਹ ਮਸਲਾ ਸਾਹਮਣੇ ਆਉਂਦਾ ਏ ਦਰਖਤਾਂ ਤੇ ਕੀ ਕਾਰਵਾਈ ਹੁੰਦੀ ਆ ਜਿਹੜੇ ਦਰਖਤ ਪੱਟੇ ਗਏ ਨੇ ਸੋ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲ ਕਰਾਂਗੇ ਉਹ ਉਹਨਾਂ ਦਾ ਕੀ ਕਹਿਣਾ ਏ 100 ਪਿੰਡ ਬੈਬਲਪੁਰ ਦੇ ਵਿੱਚ ਪਹੁੰਚ ਚੁੱਕੇ ਆ ਪਹਿਲਾਂ ਅਸੀਂ ਪੰਚਾਇਤੀ ਜ਼ਮੀਨ ਆ ਜਿਹੜੇ ਖੇਤ ਨੇ ਉੱਥੇ ਖੜੇ ਸੀਗੇ ਜਿੱਥੋਂ ਦਰਖਤ ਪੱਟੇ ਗਏ ਨੇ ਸੋ ਰੋਡ ਤੇ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਨਾਲ ਬਿਲਕੁਲ ਰੋਡ ਦੇ ਨਾਲ ਲੱਗਦੇ ਪਾਥੀਆਂ ਪੱਥੀਆਂ ਨੇ ਗੁਹਾਰੇ ਲੱਗੇ ਨੇ ਸੋ ਇਹ ਕਿਹਾ ਜਾ ਰਿਹਾ ਇਹ ਪੂਰੇ ਸਰਪੰਚ ਦੇ ਪਰਿਵਾਰ ਵੱਲੋਂ ਇਹ ਕਬਜ਼ਾ ਜਿਹੜਾ ਕੀਤਾ ਗਿਆ ਰੋਡ ਦੇ ਉੱਪਰ ਜਿਹੜੇ ਗੁਹਾਰੇ ਲੱਗੇ ਨੇ ਪਾਥੀਆਂ ਪੱਥੀਆਂ ਨੇ ਸੋ ਠੇਕੇਦਾਰ ਵੀ ਪਹੁੰਚ ਚੁੱਕੇ ਆ ਇੱਥੇ ਉਹਦੇ ਨਾਲ ਵੀ ਗੱਲ ਕਰਾਂਗੇ ਉਰੇ ਆ ਜੋ ਠੇਕੇਦਾਰ ਸਾਹਿਬ ਜਿਨ੍ਹਾਂ ਵੱਲੋਂ ਦਰਖਤ ਪੱਟੇ ਗਏ ਨੇ ਹਾਂਜੀ ਕੀ ਨਾਮ ਆ ਆਪਣਾ ਗੁਰਸੇਵਕ ਸਿੰਘ ਜੀ ਗੁਰਸੇਵਕ ਸਿੰਘ ਕਿਹਾ ਜਾ ਰਿਹਾ ਇਹ ਦਰਖਤ ਪੱਟੇ ਨੇ ਇਥੋਂ ਕਿਹਨੇ ਗਿਆ ਸੀਗਾ ਏ ਜੀ ਸਾਰੀ ਪੰਚਾਇਤ ਨੇ ਕਿਹਾ ਸੀ ਸਰਪੰਚਾ ਨੇ ਮੈਂਬਰਾਂ ਨੇ ਤਾਂ ਸਾਰੀ ਪੰਚਾਇਤ ਨੇ ਤੁਹਾਡੇ ਕੋਲ ਇਕੱਲਾ ਇਕੱਲਾ ਆ ਕੇ ਕਹਿ ਕੇ ਗਿਆ ਹਾਂ ਜੀ ਇਕੱਲੇ ਇਕੱਲੇ ਨੇ ਆ ਕੇ ਕਿਹਾ ਤੁਹਾਨੂੰ ਲਾ ਜੀ ਦੋ ਬੰਦੇ ਨਹੀਂ ਆਏ ਹੋਗੇ ਕੌਣ ਕੌਣ ਨਹੀਂ ਆਇਆ ਮੰਗਾ ਤੇ ਹਰਜੀਤ ਅੱਛਾ ਗਰਦੀਪ ਤੇ ਰਣਜੀਤ ਸਿੰਘ ਨਹੀਂ ਆਏ ਹਾਂ ਜੀ ਹੋਰ ਸਾਰੇ ਆਏ ਨੇ ਸਾਰੇ ਆਏ ਨੇ ਹਾਂ ਸੋ ਇਹ ਠੇਕੇਦਾਰ ਹੈ ਜੀ ਤੇ ਜਿਹੜੇ ਪੱਤੇ ਨੇ ਉਹ ਕਿੰਨੇ ਦੇ ਵੇਚ ਕੇ ਆਏ ਹੋ ਪਟਿਆਲੇ ਹੋ ਜੀ 8000 ਦੇ ਵੇਚ ਕੇ ਆਏ ਅੱਛਾ ਉਹਦੇ ਵਿੱਚੋਂ ਠੇਕੇਦਾਰ ਨਹੀਂ ਜੀ ਦਿਹਾੜੀ ਦਾ ਰਾਮ ਮੈਂ ਦੱਸੋ ਕੋਈ ਨਾ ਮੈਂ ਆਪਣਾ ਆ ਬਾਕੀ ਦੇ 2000 ਰੁਪਏ ਤਾਂ ਕਿਰਾਏ ਦਾ ਦਿੱਤਾ ਗੱਡੀ ਦਾ ਹਾਂਜੀ ਉਹਦੇ ਵਿੱਚੋਂ 6000 ਰੁਪਏ ਰਹਿ ਗਿਆ ਹਮ 1000 ਰੁਪਏ ਸਾਡਾ ਖਰਚੇ ਦਾ ਹੋ ਗਿਆ ਠੀਕ ਹੈ ਹਾਂਜੀ ਜਿਹੜਾ 5000 ਰੁਪਏ ਬਚਿਆ ਉਹ ਜਿਹੜੀ ਲੇਬਰ ਲੱਗੀ ਹੋਈ ਆ ਇੱਥੇ ਆਪਣੇ ਪੰਚਾਇਤ ਘਰ ਦੇ ਵਿੱਚੋਂ ਉਹਨਾਂ ਨੂੰ ਦਿੱਤਾ ਕੋਈ ਕਹਿੰਦੇ ਹਿੱਸਾ ਵੰਡਣ ਕਰਕੇ ਰੌਲਾ ਪਿਆ ਏ ਤੇ ਇਹ ਰਣਜੀਤ ਸਿੰਘ ਤੇ ਗਰਦੀਪ ਸਿੰਘ ਕੋਈ ਹਿੱਸਾ ਮੰਗਦੇ ਸੀਗੇ ਦਰਖਤਾਂ ਚੋਂ? ਨਾ ਜੀ ਇਹਨਾਂ ਨੇ ਕੋਈ ਇੱਛਾ ਨਹੀਂ ਮੰਗਿਆ ਹੱਦ। ਇਹਨਾਂ ਨੇ ਕਦੇ ਤੁਹਾਨੂੰ ਮਿਲੇ ਹੋਣੇ ਕੀ ਗੱਲ ਹੋਈ ਹੈ ਇਹਨਾਂ ਨਾਲ ਤੁਹਾਡੀ ਜਦੋਂ ਤੁਹਾਨੂੰ ਮਿਲੇ ਇਹ ਸਾਡੀ ਤਾਂ ਜੀ ਕੋਈ ਗੱਲ ਨਹੀਂ ਹੋਈ ਹੋਗੀ। ਹਾਂ ਜੀ। ਤੁਹਾਨੂੰ ਇਹਨਾਂ ਨੇ ਪੁੱਛਿਆ ਉਹ ਦਰਖਤਾਂ ਬਾਰੇ? ਦਰਖਤਾਂ ਬਾਰੇ ਬਸ ਸਾਡੀ ਤਾਂ ਬਸ ਗੱਲ ਆਹੀ ਆ ਇਹਨਾਂ ਨੇ ਸਾਰਿਆਂ ਨੇ ਬੰਦਿਆਂ ਨੇ ਕਹਿੰਦੇ ਕਿਹਾ ਹੋਇਆ ਸਰਪੰਚ ਕਹਿੰਦਾ ਪੁੱਛਿਆ ਵੀ ਤੂੰ ਇਹਨਾਂ ਨੂੰ ਪੁੱਟੋ ਸਰਪੰਚ ਨੇ ਕਿਹਾ ਤੈਨੂੰ ਵੀ ਪਤਾ ਨਹੀਂ ਹਾਂਜੀ ਮੌਜੂਦਾ ਸਰਪੰਚ ਠੀਕ ਐ ਸੋ ਇਹ ਮਜ਼ਦੂਰ ਨੇ ਜੀ ਜਿਹਨੂੰ ਠੇਕੇਦਾਰ ਕਿਹਾ ਜਾਂਦਾ ਸੀਗਾ ਜਿਨ੍ਹਾਂ ਨੇ ਦਰਖਤ ਪੱਟਣੇ ਉਹ ਕਹਿੰਦੇ ਸਰਪੰਚ ਨੇ ਕਿਹਾ ਸੀਗਾ ਦੋ ਬੰਦੇ ਗੁਰਦੀਪ ਸਿੰਘ ਤੇ ਰਣਜੀਤ ਸਿੰਘ ਮਾਨ ਨੇ ਜਿਹੜੇ ਉਹ ਨਹੀਂ ਆਏ ਹੋਰ ਸਾਰੇ ਬੰਦਿਆਂ ਦਾ ਨੌ ਲੱਤਾ ਗਿਆ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਦਰਖਤਪਟਣ ਨੂੰ ਸੋ ਮਤਾ ਦੀ ਗੱਲ ਕਹੀ ਜਾਂਦੀ ਆ ਮਤਾ ਪਾਈਪ ਲਾਈਨ ਤੇ ਜਰੂਰ ਇੱਕ ਪਾਇਆ ਬਏ ਦਰਖਤਪਟਣ ਦੀ ਸਰਪੰਚ ਕੋਲ ਕੋਈ ਮਨਜ਼ੂਰੀ ਨਹੀਂ ਕੋਈ ਪੰਚਾਇਤ ਦਾ ਮਤਾ ਨਹੀਂ ਦਿਖਿਆ ਜਿਹੜਾ ਉਹ ਕਹਿੰਦੇ ਨੇ ਕਿ ਮਤਾ ਪਿਆ ਬਏ ਸੋ ਇਹ ਪਿੰਡ ਦੇ ਹਾਲਾਤ ਨੇ ਸਰਪੰਚ ਸਾਹਿਬ ਇਹ ਤਾਂ ਪਿੰਡ ਦੇ ਬੜੇ ਹਾਲਾਤ ਖਰਾਬ ਨੇ ਜੀ ਤੁਸੀਂ ਕਹਿੰਦੇ ਹੋ ਕੰਮ ਚੱਲਦਾ ਤਾਂ ਰੋਡ ਦੇ ਉੱਪਰ ਹੀ ਗੁਹਾਰੇ ਪਾਥੀਆਂ ਪੱਥੀਆਂ ਪਈਆਂ ਨੇ ਮਾੜਾ ਮੋਟਾ ਪਿੰਡਾਂ ਨੂੰ ਤਾਂ ਰੋਡ ਨੇ ਜਿਹੜੇ ਮਨਰੇਗਾ ਮਜ਼ਦੂਰ ਆ ਇਧਰ ਆ ਜੋ ਦਿੱਤਾ ਹੈ ਤਾਂ ਸਾਫ਼ ਕਰਵਾਏ ਜਾਂਦੇ ਨੇ ਜੀ ਇਹ ਜੀ ਇੱਥੇ ਟੋਬਾ ਸੀ ਜੀ ਉਰੇ ਤੱਕ ਅਸੀਂ ਗੋਹਾ ਛੱਟ ਛੱਟ ਕੇ ਪਹਿਲਾਂ ਇਹ ਭਰਿਆ ਪਹਿਨੀ ਪੰਚਾਇਤਾਂ ਨੂੰ ਕਿਹਾ ਵੀ ਉਹ ਕਰੋ ਜੀ ਇਹਦੇ ਤੇ ਹੁਣ ਮੈਂ ਚਾਰਦੁਵਾਰੀ ਕਰਾ ਰਿਹਾ ਹਾਂ ਜੀ ਇਹ ਸਾਰਾ ਕੁਝ ਚੱਕਾ ਜਾਉ ਨਹੀਂ ਹਾਲਾਤ ਬਹੁਤ ਖਰਾਬ ਨੇ ਜੀ ਕੋਈ ਹਾਦਸਾ ਵੀ ਵਾਪਰ ਸਕਦਾ ਰੋਡ ਬਿਲਕੁਲ ਖਾਲੀ ਨਹੀਂ ਹੈਗਾ ਜੀ ਅਹ ਸ਼ਹੀਦੀ ਦਿਹਾੜਾ ਜਿਹੜਾ ਉਹ ਚੱਲ ਰਿਹਾ ਇਹ ਲੋਕ ਬੜੀ ਦੂਰੋਂ ਦੂਰੋਂ ਫਤੇਗੜ ਸਾਹਿਬ ਜਾਂਦੇ ਨੇ ਪਰ ਹਾਲਾਤ ਦੇਖ ਕੇ ਬੜਾ ਦਰਖਤ ਛੱਡ ਕੇ ਇਹ ਲਾਇਆ ਲਾਈਆਂ ਵਿਆਂ ਨੇ ਜੀ ਹਾਂਜੀ ਜੀ ਹਾਂਜੀ ਉਹ ਇਹ ਕਹਿੰਦੇ ਜੀ ਦਰਖਤ ਛੱਡ ਕੇ ਲਗਾਈਆਂ ਵਿਆਂ ਨੇ ਜਿੱਥੇ ਤੱਕ ਦਰਖਤ ਨੇ ਉਹ ਛੱਡੇ ਵੀ ਨੇ ਪਰ ਫਿਰ ਵੀ ਚੰਗਾ ਤਾਂ ਨਹੀਂ ਲੱਗਦਾ ਜੀ ਨਾ ਬਿਲਕੁਲ ਚੰਗਾ ਨਹੀਂ ਲੱਗਦਾ ਜੀ ਇਹ ਹੁਣੇ ਸਾਫ਼ ਹੋ ਜਾਊਗਾ ਜੀ ਮਹੀਨੇ ਡੇਢ ਮਹੀਨੇ ਚ ਬਿਲਕੁਲ ਇੱਥੇ ਚਾਰ ਦਿਵਾਰੀ ਹੋ ਜਾਣੀਆਂ ਜੀ ਇੱਥੇ ਗਰਾਊਂਡ ਬਣਾਉਣਾ ਟੋਬਾ ਜਿਹੜਾ ਅਸੀਂ ਉਹਨੂੰ ਸਾਹਮ ਲਾਟ ਚ ਪਟਾਂਗੇ ਜੀ ਤੇ ਉਹਦੇ ਲਈ ਜਿਹੜਾ ਗਰਾਊਂਡ ਬਣਾਉਣਾ ਜੀ ਫੰਡ ਵਗੈਰਾ ਆਇਆ ਬਾਈ ਸਰਕਾਰ ਨੂੰ ਬੇਨਤੀ ਕਰਾਂਗੇ ਜੀ ਨਹੀਂ ਅਸੀਂ ਆਪਣੇ ਪੰਚਾਇਤ ਫੰਡ ਚੋਂ ਕਰਾਂਗੇ ਜੀ ਪੰਚਾਇਤ ਫੰਡ ਹੈਗਾ ਜੀ ਤੁਹਾਡੇ ਕੋਲ ਹਾਂਜੀ ਹਾਂਜੀ ਕਿੰਨਾ ਪੰਚਾਇਤ ਫੰਡ ਪਿਆ ਜੀ ਆਏਗਾ 9 ਲੱਖ ਰੁਪਇਆ ਜੀ 9 ਲੱਖ ਰੁਪਇਆ ਪਿਆ ਹਾਂਜੀ ਜੀ ਤੇ ਸਾਰਾ ਤੁਹਾਡੇ ਕਾਰਜਕਾਲ ਚ ਕਿੰਨਾ ਕੁ ਪੈਸਾ ਆਇਆ ਜਿਹੜਾ ਲੱਗਦਾ ਹੈ ਵੀ ਕਿੰਨਾ ਆ ਗਿਆ ਹੋਊਗਾ ਗ੍ਰਾਂਟਾਂ ਦਾ ਜੀ ਪੰਜਾਬ ਸਰਕਾਰ ਨੇ ਤਾਂ ਜੀ ਪਹਿਲਾਂ ਸਾਨੂੰ ਬਹੁਤ ਘੱਟ ਗ੍ਰਾਂਟਾਂ ਦਿੱਤੀਆਂ ਨੇ ਜੀ ਇੱਕ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਆ ਤੇ ਇੱਕ ਲਾਈਟਾਂ ਵਾਸਤੇ ਦਿੱਤੀ ਸੀ ਜੀ ਹਾਂਜੀ ਸਾਡੇ ਕੋਲ 14ਵੇਂ ਵਿੱਤ ਕਮਿਸ਼ਨ ਦੇ ਪੈਸੇ ਆਏ ਨੇ ਤੇ 15ਵੇਂ ਵਿੱਤ ਕਮਿਸ਼ਨ ਉਹਨਾਂ ਨਾਲ ਇਹ ਸਾਡੇ ਪਿੰਡ ਦੇ ਉਹ ਚੱਲ ਰਹੇ ਆ ਜੀ ਤੇ ਹੁਣ ਮਾਨ ਸਰਕਾਰ ਨੇ ਹਜੇ ਦੇਖੋ ਕਦ ਕਰਪਾ ਕਰਦੀ ਹੈ ਜੀ ਅਸੀਂ ਬੇਨਤੀ ਕੀਤੀ ਹੋਈ ਆ ਜੀ ਹਾਂਜੀ ਸਾਡੇ ਸਾਰਿਆਂ ਦੀ رائے ਨਾਲ ਹੋਇਆ ਜੀ ਕੰਮ ਇਹ ਸਾਨੂੰ ਪਹਿਲਾਂ ਬੇਨਤੀ ਕੀਤੀ ਆ ਮੈਂਨੇ ਜੀ ਸਾਰੀ ਪੰਚਾਇਤ ਦੀ رائے ਆ ਇਹ ਮਸਲਾ ਇਹ ਜੀ ਬੀਡੀਪੀਓ ਸਾਹਿਬ ਨਾਲ ਗੱਲ ਕਰਦੇ ਹਾਂ ਉੱਚ ਅਧਿਕਾਰੀਆਂ ਦੇ ਧਿਆਨ 'ਚ ਜ਼ਰੂਰ ਲਿਆਵਾਂਗੇ ਕਿਉਂਕਿ ਕਿਹਾ ਜਾਂਦਾ ਹੈ ਕਿ ਵੰਡ ਬੰਡਈਏ ਨੂੰ ਲੈ ਕੇ ਰੌਲਾ ਪਿਆ ਹੈ ਜਿਹੜਾ ਪੈਸਾ ਦਰਖਤਾਂ ਦਾ ਸੀ ਜਾਂ ਉਹਨੂੰ ਵੰਡਣ ਕਾਰਨ ਤਕਰੀਬਨ 8000 ਰੁਪਏ ਤੀ ਉਹਦੇ ਕਾਰਨ ਰੌਲਾ ਪਿਆ ਹੈ ਸੋ ਫੰਡ ਤਾਂ ਹੋਰ ਵੀ ਬਥੇਰੇ ਆਉਂਦੇ ਨੇ ਬਾਦੂ ਪੈਸਾ ਜਿਹੜਾ ਪਿੰਡਾਂ ਨੂੰ ਗ੍ਰਾਂਟਾਂ ਆਉਂਦੀਆਂ ਨੇ ਪੰਚਾਇਤੀ ਜ਼ਮੀਨ ਦਾ ਠੇਕਾ ਆਉਂਦਾ ਹੈ ਕਿਹੜੇ ਕਿਹੜੇ ਫੰਡ ਕਿੰਨੇ ਕਿੰਨੇ ਵੰਡੇ ਗਏ ਕਿਹਨੂੰ ਕਿਹਨੂੰ ਦਿੱਤਾ ਗਿਆ ਇਹਦੀ ਜਾਂਚ ਕਰਨ ਦੀ ਵੀ ਗੱਲ ਆ ਜਿਹੜੀ ਉੱਚ ਅਧਿਕਾਰੀਆਂ ਨਾਲ ਕੀਤੀ ਜਾਊਗੀ ਕਿਉਂ ਕਿ ਬੰਡ ਬੰਡਈਏ ਕਰਕੇ ਰੌਲਾ ਪਿਆ ਜਦੋਂ ਇੱਕ ਚੀਜ਼ 8000 ਵੰਡਣ ਕਰਕੇ ਰੌਲਾ ਪੈ ਸਕਦਾ ਏ ਤਾਂ ਜਿਹੜੇ ਬੰਡੇ ਫੰਡ ਨੇ ਉਹਨਾਂ ਨੂੰ ਵੰਡਣ ਦਾ ਕੀ ਮਸਲਾ ਏ ਕੀ ਗੱਲ ਆ ਕਿ ਉਹ ਵੀ ਵੰਡੇ ਗਏ ਨੇ ਸੋ ਇਹ ਤਾਂ ਜਾਂਚ ਤੋਂ ਪਤਾ ਲੱਗਣਾ ਏ ਟੋਬਾ ਨਾ ਪਿੰਡ ਦੇ ਵਿਚਾਰੇ ਸਾਰੀ ਉਹ ਇੱਕ ਵਾਰੀ ਹੋਣੀ ਚਾਹੀਦੀ ਆ ਪਿੰਡ ਦੇ ਟੋਬੇ ਦੀ ਵੀ ਪੋਰਾ ਵੀ ਉਥੇ ਜਗਾ ਗੋਹਾ ਲੋਕਾਂ ਨੇ ਪੱਥਿਆ ਪਿਆ ਨਾਲੇ ਕਬਜ਼ੇ ਕਰੇ ਹੋਏ ਨੇ ਕਹਿੰਦੇ ਜੀ ਟੋਪ ਪਿੰਡ ਦੇ ਵਿਚਾਲੇ ਦੇ ਦੋ तकरीबन ਦੋ ਬਿਗੇ ਦਾ ਟੋਬਾ ਜੀ 11 ਬਿਗੇ ਦਾ ਟੋਬਾ ਤੇ ਜੀ ਜਿਹੜਾ ਸਾਰਾ ਲੋਕਾਂ ਨੇ ਅੰਦਰ ਦੱਬਿਆ ਪਿਆ ਉਹ ਪਿਛਲੇ 20-25 ਸਾਲਾਂ ਤੋਂ ਦੱਬਿਆ ਪਿਆ ਜੀ ਉਹ ਮੈਂ ਛਡਾਉਂਗਾ ਮੇਰੇ ਨਾਲ ਦੋ ਬੰਦੇ ਸਹਿਮਤ ਹੋ ਗਏ ਕਹਿੰਦੇ ਸਰਪੰਚ ਸਾਹਿਬ ਮੈਂ ਉਹਨਾਂ ਨੂੰ ਕਿਹਾ ਬੇਨਤੀ ਕਰਕੇ ਮੈਨੂੰ ਦੋ ਕਿੱਗੇ ਜਗ੍ਹਾ ਦੇ ਦਿਓ ਤਾਂ ਕਿ ਉੱਥੇ ਪਾਰਕ ਬਣਾਇਆ ਜਾ ਸਕੇ ਮੇਰੇ ਨਾਲ ਦੋ ਬੰਦੇ ਸਹਿਮਤ ਹੋ ਗਏ ਜੀ ਕਹਿੰਦੇ ਵੀ ਅਸੀਂ ਨਹੀਂ ਛੱਡ ਦਿੰਦੇ ਜਗ੍ਹਾ ਜਿੰਨੀ ਤੁਸੀਂ ਚਾਹੁੰਦੇ ਹੋ ਪਿਆਰ ਨਾਲ ਜੀ ਹਾਂ ਜਾਈ ਜਾਊਗੀ ਬਾਕੀ ਬੰਦਿਆਂ ਤੋਂ ਅਸੀਂ ਦੇਖਦਾ ਵੀ ਕਿਵੇਂ ਸੁੱਟੂਗੀ ਜੀ ਅੰਦਰ ਲਈ ਜਾਓ ਉਹ ਕਹਿੰਦੇ ਜੀ ਸੜਾਵਾਂਗੇ ਜ਼ਰੂਰ ਸੜਾਵਾਂਗੇ ਬਈ ਆਪਣਾ ਇਹ ਟੋਬਾ ਇੱਥੋਂ ਬੰਦ ਹੋਣਾ ਚਾਹੀਦਾ ਸਕੂਲ ਦੀ ਜ਼ਮੀਨ ਆ ਇਹ ਅਸੀਂ ਇਹ ਸਾਰਾ ਕੁਝ ਇਹ ਬੰਦ ਕਰਾਵਾਂਗੇ ਜੀ ਹਾਂ ਜੀ ਇਹ ਤਾਂ ਇਹਨਾਂ ਦਾ ਮਤਲਬ ਇਹ ਹੈ ਵੀ ਇੱਥੇ ਜਿਹੜਾ ਰੋਡ ਤੇ ਗੰਦ ਪਿਆ ਹੋਇਆ ਵਾ ਤੇ ਇਹ ਤਾਂ ਇਹ ਤਾਂ ਗੰਦ ਨੂੰ ਕਹਿੰਦਾ ਵੀ ਗੰਦ ਇੱਥੋਂ ਸਾਫ਼ ਕਰਾਵਾਂਗੇ ਜੀ ਠੀਕ ਹੈ ਜੀ ਸਾਨੂੰ ਤਾਂ ਇਹ ਹੈ ਮਕਸਦ ਸਾਡਾ ਤਾਂ ਇਹ ਹੈ ਵੀ ਇੱਕੇ ਬੰਦੇ ਨੇ ਦਿਹਾੜੀਦਾਰ ਬੰਦਾ ਵਿੱਚ ਫਸ ਗਿਆ ਉਹਨੇ ਬੰਦੇ ਨੇ ਦਿਹਾੜੀ ਕਰਿਆ ਕਰੇ ਆਟਾ ਨਹੀਂ ਹੈਗਾ ਪੰਚਾਇਤ ਦਾ ਰੌਲਾ ਠੀਕ ਹੈ ਇਹਨੂੰ ਇੱਕ ਦਿਹਾੜੀ ਨਹੀਂ ਮਿਲ ਰਹੀ ਹੈਗੀ ਇਹ ਦਿਹਾੜੀ ਮਿਲ ਗਈ ਤੁਹਾਨੂੰ ਥੋੜੀ ਨਾ ਜੀ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਹੈਗਾ ਸਰਪੰਚ ਸਾਹਿਬ ਕਹਿੰਦੇ ਮਜ਼ਦੂਰ ਨੂੰ ਮਜ਼ਦੂਰੀ ਵੀ ਨਹੀਂ ਮਿਲੀ ਜੀ ਹਾਂਜੀ ਮਜ਼ਦੂਰੀ ਵੀ ਨਹੀਂ ਮਿਲੀ ਹਲੇ ਮਜ਼ਦੂਰੀ ਤਾਂ ਰੋਜ਼ ਲੈ ਕੇ ਪੈਸੇ ਖਾ ਜਾਂਦੇ ਨੇ ਜੀ ਉਹ ਕਹਿੰਦਾ ਜੀ ਰੋਜ਼ ਲੈ ਕੇ ਖਾ ਜਾਂਦੇ ਨੇ ਰੋਜ਼ ਕਿਹੜੇ ਲੈ ਕੇ ਖਾਂਦੇ ਨੇ ਤੇ ਦੋ ਹਾਂਜੀ ਕਹਿੰਦੇ ਖਾ ਕੇ ਲੈ ਕੇ ਖਾ ਜਾਂਦੇ ਕੱਲ੍ਹ ਹੀ ਖਾਦੇ ਹੈ ਜੀ ਕੋਈ ਦਾ ਸਾਡਾ ਆ ਜੀ ਸਾਨੂੰ ਦੋਦੇ ਹੀ ਨਹੀਂ ਕਰਦੇ ਹਾਂ ਜੀ ਬਾਕੀ ਤਾਂ ਫਿਰ ਹੁਣ ਮੇਤੋਂ ਇਹ ਭਾਲਦੇ ਨੇ ਇਹਦੇ ਹੀ ਨਹੀਂ ਪੂਰੇ ਹੋਏ ਜੀ ਉਹ ਕਹਿੰਦੇ ਤੁਸੀਂ ਐਸੇ ਪਿੰਡ ਦੇ ਹੋ ਇਹ ਕਹਿੰਦੇ ਜੀ ਜਿਹੜਾ ਪੈਸਾ ਦਰਖਤਾਂ ਦਾ ਇਹ ਉਹਨੂੰ ਵੰਡਣ ਕਰਕੇ ਰੌਲਾ ਪਿਆ ਰਣਜੀਤ ਸਿੰਘ ਤੇ ਗੁਰਦੀਪ ਸਿੰਘ ਵੀ ਹਿੱਸਾ ਭਾਲਦੇ ਸੀਗੇ ਤਾਂ ਇਹ ਵਿਰੋਧ ਕਰ ਰਹੇ ਨੇ ਇਹਨਾਂ ਨੂੰ ਹਿੱਸਾ ਨਹੀਂ ਮਿਲਿਆ ਇਦਾਂ ਦੀ ਇਹ ਸਾਡੇ ਸਾਹਮਣੇ ਤਾਂ ਕੋਈ ਐਹ ਜੀ ਗੱਲ ਨਹੀਂ ਆਈ ਹੈਗੀ ਸਾਡੇ ਸਾਹਮਣੇ ਕੋਈ ਐਹ ਜੀ ਕਿ ਵੰਡ ਵਟਈਏ ਦੀ ਕੋਈ ਗੱਲ ਨਹੀਂ ਆਈ ਹੈਗੀ ਠੀਕ ਹੈ ਨਾ ਅਸੀਂ ਇਹ ਗੱਲ ਕਹਿ ਦਈਏ ਵੀ ਰਣਜੀਤ ਸਾਤਾ ਸਾਨੂੰ ਪਤਾ ਲੱਗਿਆ ਵੀ ਜ਼ਹਿਮਤੀ ਵੀ ਹਿੱਸਾ ਵੰਡਣ ਦੀ ਇਹ ਤਾਂ ਇੱਕ ਸਿਰਫ ਇਹ ਹੈ ਬਾਈ ਜੀ ਜੇ ਗੱਲ ਪੁੱਛਿਆ ਨਹੀਂ ਗਿਆ ਖੁਦ ਪੰਚਾਇਤ ਦੇ ਵਿੱਚ ਨੇ ਇਹ ਠੀਕ ਹੈ ਨਾ ਇਹਨਾਂ ਨੂੰ ਪੁੱਛਿਆ ਨਹੀਂ ਗਿਆ ਇਹਨਾਂ ਨੇ ਇਹਨਾਂ ਦੇ ਖਿਲਾਫ ਗਿਆ ਵੀ ਸਾਨੂੰ ਪੁੱਛਿਆ ਨਹੀਂ ਗਿਆ ਹੈਗਾ ਹਿੱਸੇ ਦੀ ਕੋਈ ਗੱਲ ਨਹੀਂ ਹੋਈ ਕਿਸੇ ਵੀ ਨਾਲ ਅਪਾ ਕੋਈ ਝੂਠ ਨਹੀਂ ਕਹਿਣਾ ਹੈਗਾ ਲੱਗਦਾ ਇਹ ਜੇ 8000 ਰੁਪਏ ਹਿੱਸੇ ਦੀ ਗੱਲ ਹੋ ਰਹੀ ਆ ਤਾਂ ਜਿਹੜੇ ਹੋਰ ਫੰਡ ਆ ਰਹੇ ਨੇ ਬਾਈ ਜੀ ਉਹਨਾਂ ਚੋਂ ਵੀ ਹਿੱਸੇ ਉਹ ਪੈਂਦੇ ਹੋਣੇ ਫੇਰ ਤਾਂ ਹਿੱਸੇ ਤਾਂ ਇਹ ਆ ਵੀ ਸਾਨੂੰ ਤਾਂ ਇਹ ਆ ਵੀ ਹਿੱਸੇ ਹੀ ਪੈਗੇ ਪਹਿਲਾਂ ਉਹ ਕਹਿੰਦੇ ਹਿੱਸੇ ਪੈਗੇ ਜਿੰਨਾ ਸਾਡੇ ਪਿੰਡ ਨੂੰ ਪੈਸਾ ਆਇਆ ਮੱਲਾ ਵੀ 38-39 ਲੱਖ ਰੁਪਏ ਤਾਂ ਸਾਡੀ ਬੋਲੀ ਦੇ ਹੀ ਮੰਨਦਾ ਸਾਡੇ ਪਿੰਡ ਪਿੰਡ ਦਾ ਹੀ ਵੀ ਬਾਕੀ ਕਿੰਨੀਆਂ ਗਰੰਟਾਂ ਆ ਗਈਆਂ 70-80 ਲੱਖ ਰੁਪਏ ਤਾਂ ਆ ਗਿਆ ਹੋਊਗਾ ਵੇਖਾ ਵੀ ਇਹ ਜੇ ਇੰਨਾ ਪੈਸਾ ਸਾਡੇ ਪਿੰਡ ਨੂੰ ਲੱਗ ਜਾਏ 39000 ਤੁਸੀਂ ਕਹਿੰਦੇ ਹੋ ਠੇਕੇ ਦਾ ਫੇਰ ਤਾਂ ਲੱਖ ਰੁਪਏ ਠੇਕੇ ਦਾ ਬਣਦਾ ਫੇਰ ਤਾਂ 1 ਕਰੋੜ ਤੋਂ ਅਮਾਉਂਟ ਉੱਤੇ ਹੋਗੀ 4 ਸਾਲ ਸਰਪੰਚ ਕਹਿੰਦੇ ਸਾਨੂੰ ਸਰਪੰਚ ਇਹ ਗੱਲ ਸਹੀ ਹੈ ਜੀ ਵੀ ਜੇ ਇੰਨਾ ਪੈਸਾ ਪਿੰਡ ਦੇ ਵਿੱਚ ਲੱਗ ਜਾਂਦਾ ਮੈਂ ਇਹ ਗੱਲ ਵਾਅਦੇ ਨਾਲ ਕਹਿਣਾ ਹੈ ਇਹ ਚੰਡੀਗੜ੍ਹ ਬਣ ਜਾਂਦਾ ਸਰਪੰਚ ਸਾਹਿਬ ਫੇਰ ਤਾਂ 1 ਕਰੋੜ ਤੋਂ ਅਮਾਉਂਟ ਉੱਤੇ ਹੁੰਦੀ ਹੈ ਜੀ ਕਹਿੰਦੇ ਨਹੀਂ ਜੀ ਬਿਲਕੁਲ ਨਹੀਂ ਜੀ ਇੰਨੇ ਪੈਸੇ ਨਹੀਂ ਆਏ ਉਹਦੇ ਵਿੱਚੋਂ 30% ਦਾ ਜਿਹੜਾ ਜੀ ਜਾਂਦਾ ਕੱਟਿਆ ਜਾਂਦਾ ਗਵਰਨਮੈਂਟ ਦੇ ਖਜ਼ਾਨੇ 'ਚ ਭਰਿਆ ਜਾਂਦਾ ਹੂੰ ਤੇ ਬਾਕੀ ਆਪਣੇ ਕੋਲ ਗਰੰਟਾ ਸਾਨੂੰ ਦੱਸਿਆ ਨੇ ਵੀ ਉਹ ਤਾਂ ਕਹਿੰਦੇ ਹਿੱਸਾ ਫਿਰ ਸਾਰੇ ਦਾ ਹਿੱਸਾ ਹੀ ਪੈਂਦਾ ਰੇ ਨਾ ਬਿਲਕੁਲ ਨਹੀਂ ਜੀ ਇੱਕ ਇੱਕ ਰੁਪਏ ਦੀ ਜਾਂਚ ਹੋ ਜਾਵੇ ਮੈਂ ਜਾਂਚ ਕਰਾਉਣ ਨੂੰ ਆਪ ਤਿਆਰ ਹਾਂ ਹੂੰ ਬਿਲਕੁਲ ਹੋਵੇ ਉਹ ਤਾਂ ਕਹਿੰਦੇ ਦੇਖੋ ਇਹ ਤਾਂ ਇਹ ਹੈ ਮੈਂ ਇਸ ਨਗਰ ਦਾ ਰਹਿਣੇ ਵਾਲਾ ਸਾਡੇ ਪਿੰਡ ਦੇ ਵਿੱਚ ਤੁਸੀਂ ਥੋੜਾ ਜਿਹਾ ਜਾ ਕੇ ਦੇਖੋ ਅੱਜ ਵੀ ਸੁੰਡ ਚੱਲਦੇ ਨੇ ਇੱਕ ਪਹਿਲਾਂ ਉਸੇ ਇਸ ਬੰਦੇ ਤੋਂ ਪੁੱਛੋ ਵੀ ਤੇਰੀ ਬੀਹੀ ਬਣੀ ਆ ਇਹ ਕਹਿੰਦੇ ਜੀ ਬੀਹ ਦੇ ਵਿੱਚ ਮੇਰੀ ਬੀਹੀ ਇਕੱਲੇ ਦੀ ਬਣ ਗਈ ਹੂੰ ਆਪਾਂ ਨਗਰ ਦੇਖਣਾ ਮੇਰੇ ਸਾਰੇ ਸਾਰੇ ਭਾਈ ਜਿੰਨੇ ਭੈਣ ਭਾਈ ਨੇ ਇੱਥੇ ਗਰੀਬ ਜਨਤਾ ਹੈ ਉਹ ਸਾਰੇ ਆਪਣੇ ਨਾਲ ਨੇ ਪਿੱਛੇ ਕੋਈ ਡਿੱਪੂ ਦਾ ਹਾਂ ਟਮਾਣਾ ਸਾਹਿਬ ਕੱਲੀ ਕੱਲੀ ਬੀਹੀ ਦੇਖੋ ਤੁਸੀਂ ਜਾ ਕੇ ਜਿੰਨੀਆਂ ਬੀਆਂ ਮੈਂ ਬਣਾਈਆਂ ਨੇ ਅੱਜ ਤੁਹਾਨੂੰ ਮੈਂ ਮੇਨ ਰੋਡ ਤੇ ਖੜਿਆ ਜੀ ਉਹਦੇ ਹਾਲਾਤ ਦੇਖ ਕੇ ਮੈਨੂੰ ਸਰ ਮਾਰ ਰਹੀ ਆ ਕਿ ਇਹ ਮੇਨ ਰੋਡ ਹੈ ਇਹ ਬਿਲਕੁਲ ਸਾਫ਼ ਹੋ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਸਾਫ਼ ਹੋ ਜੂ ਸਾਰੀ ਉੱਥੇ ਚੀਜ਼ ਬਣਨੀ ਚਾਹੀਦੀ ਆ ਨਾ ਠੀਕ ਹੈ ਨਾ ਹੁਣ 20 ਆਪਾਂ ਬਣਾ ਦਨੇ ਆ 20ਾਂ ਚ ਜਿਹੜੀ ਵਿਹੀ ਬਣੀ ਐ ਉਥੇ ਦੱਸੋ ਕੀ ਬਣਨ ਦੇ ਜੋਗ ਹੈਗੀ ਸੀ ਜਿਹੜਾ ਉਹ ਗੰਦ ਪਿਆ ਵਾ ਸੀ ਸਿਰਫ ਇੱਕ ਗੰਦ ਪਿੱਛੇ ਹੀ ਗੱਲ ਕਰੀ ਐ ਪਿੱਛੇ ਮੈਂ ਇੱਕ ਸਟੈਂਡ ਲਿਆ ਸੀ ਇੱਕ ਨਿਰਗਾ ਨਾ ਆਪਣੇ ਡੀਪੂ ਬਾਰੇ ਠੀਕੇ ਉਹ ਮੈਂ ਆਪਦੇ ਇਕੱਲੇ ਵਾਸਤੇ ਨਹੀਂ ਮੈਂ ਸਿਰ ਸਾਰੇ ਆਪਦੇ ਭਾਈਆਂ ਵਾਸਤੇ ਉਹ ਬੰਦਾ ਚੋਰੀ ਤੇ ਰਾਤ ਨੂੰ ਘੜਕ ਬੰਨਦਾ ਸੀ ਉਹਦਾ ਸਿਰਫ ਕੋਈ ਡਿਊਟੀ ਨਹੀਂ ਮਿਲਦੀ ਠੀਕ ਹੈ ਨਾ ਉਹਨੂੰ ਤਾਂ ਪੁੱਛਿਆ ਗਿਆ ਅੱਜ ਵੀ ਮੈਂ ਇਹ ਗੱਲ ਕਹਿਣਾ ਵੀ ਜਿੰਨਾ ਪੈਸਾ ਆਇਆ ਸਾਡੇ ਨਗਰ ਨੂੰ ਖੁਦ ਇੱਥੇ ਕਾਕਾ ਰਣਦੀਪ ਵੀ ਕਹਿ ਗਿਆ ਸੀ ਇਹ ਗੱਲ ਆ ਵੀ ਇੱਥੋਂ ਪਾਣੀ ਜੇ ਸ਼ਾਮਲੜ ਚ ਚੱਲਿਆ ਜਾਵੇ ਵੀ ਉੱਥੇ ਫਾਇਦਾ ਹੋਊਗਾ ਵੀ ਬਾਕੀ ਪੈਸਾ ਮੈਂ ਦਊਗਾ ਉੱਥੇ ਕੋਦਕ ਮੈਂ ਖੜਾ ਸੀ ਗੁਰਦੁਆਰੇ ਦੇ ਮੂਹਰੇ ਲੜਚ ਪਾਈਪਲਾਈਨ ਪਾ ਕੇ ਪਾਣੀ ਕੋਈ ਪਾਈਪਲਾਈਨ ਨਹੀਂ ਗਿਆ ਕਿਤੇ ਨਹੀਂ ਗਿਆ ਇੱਥੇ ਡੱਡੂ ਬੋਲਦੇ ਨੇ ਮੁਸਕ ਮਾਰਦਾ ਨਹੀਂ ਸਾਹਮ ਲੜਚ ਪਾਈਪਲਾਈਨ ਨਾਲ ਕਹਿੰਦੇ ਤੇ ਪਾਣੀ ਆ ਪਾਈਪਲਾਈਨ ਨਾਲ ਕਹਿੰਦੇ ਫਿਰ ਜਿੰਨੇ ਦਰਖਤ ਆਉਂਦੇ ਸੀ ਰਾਹ ਚੋਂ ਪੱਟ ਦੇਣੇ ਸੀਗੇ ਉਹ ਤਾਂ ਹੁਣ ਵੀ ਪੱਟੇ ਗਏ ਜੀ ਪਾਈਪਲਾਈਨ ਉਹ ਤਾਂ ਭਾਵੇਂ ਸਾਈਡ ਤੇ ਹੁੰਦੀ ਜਾਂ ਕਿਸੇ ਦੀ ਜ਼ਮੀਨ ਦੇ ਵਿੱਚ ਹੀ ਹੁੰਦੀ ਉਹ ਜਾਂਦੀ ਜੇ ਸ਼ੁਰੂਆਤ ਹੁੰਦੀ ਦੇਖੋ ਇਹ ਤਾਂ ਪੰਚਾਇਤ ਦੇ ਹਾਲਾਤ ਨੇ ਐਸੇ ਮੈਂ ਇਹ ਗੱਲ ਕਹਿਣਾ ਮੈਂ ਬਕਸੀਦ ਆ ਇੱਥੇ ਦਾ ਰਹਿਣ ਵਾਲਾ ਵੀ ਇਹ ਪੰਚਾਇਤ ਮੁਖ ਅੱਜ ਸਮਾਂ ਇਹਨਾਂ ਦਾ ਹੈਗਾ ਇਹ ਚੀਜ਼ ਕਰਨ ਦਾ ਇਹ ਨਹੀਂ ਕਰ ਸਕਦੇ ਮੈਨੂੰ ਸਾ ਇੱਕ ਵਾਰੀ ਦੇ ਕੇ ਦੇਖਣ ਜੇ ਨਾ ਮੁੱਖ ਮੰਤਰੀ ਇੱਥੇ ਘੁੰਮੇ ਨਾ ਫਿਰ ਮੈਨੂੰ ਕਹਿਣਾ ਆਹ ਲਓ ਜੀ ਕਹਿੰਦੇ ਜੀ ਇੱਕ ਵਾਰ ਤੁਹਾਡੇ ਕੋਲ ਟਾਈਮ ਸੀਗਾ ਤੁਹਾਤੋਂ ਨਹੀਂ ਹੋਇਆ ਕਹਿੰਦੇ ਇੱਕ ਵਾਰ ਮੌਕਾ ਦੇ ਕੇ ਦੇਖੋ ਹਰ ਇੱਕ ਹਰ ਬੰਦਾ ਇਹੀ ਕਹਿੰਦਾ ਜੀ ਵੀ ਮੈਂ ਕਰੂੰਗਾ ਮੈਂ ਕਰੂੰਗਾ ਆ ਟੋਬਾ ਟਮਣਾ ਸਾਹਿਬ ਜੀ ਇਹ ਤੇ ਜਾ ਮਾੜਾ ਜਿਹਾ ਕੈਮਰਾ ਮਾਰ ਕੇ ਦੇਖ ਲਓ ਬਿਲਕੁਲ ਸੁੱਕਾ ਪਿਆ ਇਹਦਾ ਪਾਣੀ ਬਿਲਕੁਲ ਖੇਤਾਂ ਦੇ ਵਿੱਚ ਦੀ ਜਾ ਕੇ 1.5 ਕਿਲੋਮੀਟਰ ਲੰਬਾ ਚੋਏ ਚ ਪੈ ਰਿਹਾ ਹੈ ਕਿਸੇ ਸਰਪੰਚ ਤੋਂ ਪਾਣੀ ਇੱਥੋਂ ਬਾਹਰ ਨਹੀਂ ਨਿਕਲਿਆ ਲਓ ਜੀ ਕਹਿੰਦੇ ਪਾਣੀ ਚੋਏ ਚ ਪਾਤਾ ਜੀ ਦੇਖੋ ਜੀ ਚੋਏ ਚ ਪਾਣੀ ਪਾਤਾ ਮੈਂ ਇਹ ਗੱਲ ਕਹਿਣਾ ਵੀ ਚੋਏ ਚ ਪਾਣੀ ਪਾਤਾ ਚੋਏ ਚ ਚੋਏ ਚ ਗੰਦ ਤਾਂ ਉਕੜੇ ਪਿਆ ਨਾ ਮੂਰੇ ਅੱਜ ਆਪਣੇ 2 ਮਹੀਨੇ ਠੰਡ ਦੇ ਆ ਗਏ ਮੱਛਰ ਨਹੀਂ ਹੈਗਾ ਉਸ ਟਾਈਮ ਤੁਸੀਂ ਖੜ ਕੇ ਦੇਖੋ 5 ਮਿੰਟ ਔਰ ਇਹ ਜੇ ਖੜਜਮ ਮੱਛਰ ਇੰਨਾ ਗੰਦ ਇੰਨਾ ਮੂਰੇ ਸੌਣ ਦਾ ਮਹੀਨਾ ਤੁਸੀਂ ਕਾ ਮਾਰੇ ਮਾਰੀ ਪਈਆ ਜ਼ਮੀਨ ਵਾਲੇ ਦਲ ਬੀਗਾ ਬੀਗਾ ਜ਼ਮੀਨ ਫਸਲਾਂ ਮਾਰ ਕਿਸੇ ਦਿਨ ਜੀ ਬਿਲਕੁਲ ਸਿੱਧੀ ਖਾਲ ਉਹਦਾ ਫਸਲਾਂ ਵਾਲੇ ਕਹਿਣ ਮੈਨੂੰ ਆਗੇ ਜੀ ਬਲ ਉਹਨਾਂ ਨੇ ਆਪਣੀ ਸਹਿਮਤੀ ਨਾਲ ਖਾਲ ਚਰੇ ਚਾ ਰਹੀ ਹੈ ਇਹ ਕਹਿੰਦੇ ਜੀ ਸਾਹਿਬ ਠੀਕ ਆ ਨਹੀਂ ਜੀ ਨਹੀਂ ਮੈਂ ਖੋਦਾ ਆਪ ਦਿਖਾਉਣਾ ਵੀ ਕਿੱਥੋਂ ਤੋਂ ਕਿੱਥੇ ਪਾਣੀ ਪੈਂਦਾ ਆ ਟੈਂਕੀ ਦੇ ਬੱਚੇ ਇਹ ਪਾਣੀ ਪੀਣ ਵਾਲਾ ਇਹਦੇ ਵਿੱਚ ਵੀ ਜਾ ਕੇ ਪਾਣੀ ਗਰਦਾ ਕਹਿੰਦੇ ਜੀ ਪਾਣੀ ਵਾਲੀ ਟੈਂਕੀ ਚ ਵੀ ਡੋਬੇ ਬਿਲਕੁਲ ਜੀ 22 2200 ਪਰ ਡੁੰਗਾ ਡੋਰ ਹੋਊਗਾ ਬੋਰ ਹੋਊਗਾ ਤਕਰੀਬਨ ਇਹ ਹਾਂਜੀ ਬਿਲਕੁਲ ਇਹ ਖਾਲ ਪਾਈ ਹੋਈ ਹੈ ਜੀ ਵਧੀਆ ਸਿਰੇ ਤੱਕ ਜਾਂਦੀ ਹੈ ਕਹੇ ਕਿ ਖਾਲ ਹੈ ਜੀ ਕੱਚੀ ਖਾਲ ਪਾਈ ਹੋਈ ਹੈ ਜੀ ਫਿਲਹਾਲ ਪਾਈਪ ਲਾਈਨ ਤਾਂ ਪਈ ਨਹੀਂ ਜੀ ਇਹ ਪਾਈਪ ਲਾਈਨ ਮੈਂ ਪਾਉਂਗਾ ਜੀ ਸ਼ਾਮ ਲਾਟ ਚ ਨੂੰ ਚਾਹੇ ਸਾਨੂੰ ਪੱਲਿਓ ਨਾ ਆਪਣਾ ਕੁਝ ਵੇਚ ਕੇ ਪਾਉਣੀ ਪਵੇ ਜੇ ਗਵਰਨਮੈਂਟ ਨੇ ਪੈਸੇ ਨਾ ਦਿੱਤੇ ਤਾਂ ਮੈਂ ਇਹ 15 ਲੱਖ ਰੁਪਈਆ ਪੱਲਿਓ ਲਾਉਂਗਾ ਜੀ ਸੋ ਸਰਪੰਚ ਸਾਹਿਬ ਕਹਿੰਦੇ ਕਿ ਇੱਥੋਂ ਜਿਹੜਾ ਪਾਣੀ ਚੋਏ ਚ ਪੈਂਦਾ ਏ ਪੱਕੀ ਪਾਈਪ ਲਾਈਨ ਪਾ ਕੇ ਸਾਮਲਰ ਜ਼ਮੀਨ ਚ ਪਾਣੀ ਕੋਲੋਂ ਲਾ ਦੂੰਗਾ ਜੀ ਜੇ ਗਵਰਨਮੈਂਟ ਨੇ ਪੈਸੇ ਮੈਨੂੰ ਨਾ ਦਿੱਤੇ ਤਾਂ ਇਸ ਕੰਮ ਵਾਸਤੇ ਮੈਂ 15 ਲੱਖ ਰੁਪਈਆ ਕੋਲੋਂ ਲਾਉਂਗਾ ਵੱਡੀ ਗੱਲ ਕਹਿ ਰਹੇ ਹੋ ਜੀ ਇਹ ਚੈਨਲ ਤੇ ਸਬੂਤ ਹੈ ਇਹਨੇ ਕਦੋਂ ਹੋਊਗਾ ਜੀ ਇਹ ਇਹ ਜੀ ਮੈਂ ਗਵਰਨਮੈਂਟ ਨੂੰ ਕਿਹਾ ਵਾ ਇਹਨੂੰ ਮੇਰਾ 1 ਸਾਲ ਰਹਿੰਦਾ 1 ਸਾਲ ਦੇ ਅੰਦਰ ਅੰਦਰ ਕਰਾਉਂਗਾ ਆਪਣੀ ਇਸ ਟਰਨ ਦੇ ਵਿੱਚ ਜੀ ਹਾਂ ਜੀ ਆਪਣੇ ਪੱਲਿਓਂ ਪੈਸਾ ਲਾ ਕੇ ਕਰਾਉਂਗੀ ਜੇ ਨਾ ਦਿੱਤੇ ਪੈਸੇ ਤਾਂ ਮੈਂ ਲਾਉਂਗਾ ਪੱਲਿਓਂ ਲਾਉਂਗਾ ਜੀ ਜੀ ਹਾਂਜੀ ਜੀ ਇਸ ਕੰਮ ਬਸ ਸੋ ਸਰਪੰਚ ਸਾਹਿਬ ਕਹਿੰਦੇ ਕਿ ਪੱਲਿਓਂ ਪੈਸਾ ਲਾ ਕੇ ਕਰਾਉਂਗਾ ਜੇ ਨਾ ਦਿੱਤੇ ਗਏ ਦੇਖੋ ਜੀ ਕਹਿੰਦੇ ਉੱਥੇ ਪਚਾਵਾਂਗੇ 8000 ਇਹ ਤਾਂ ਸਿਰਫ ਇੱਕ ਦੇਖੋ ਅੱਜ ਮੈਂ ਵੀ ਮੰਨ ਲੰਨਾ ਜਾਂ ਹੋਰ ਮੇਰੇ ਨਗਰ ਦੇ ਸਾਰੇ ਖੜੇ ਨੇ ਇਹ ਵੀ ਮੰਨ ਲੰਦੇ ਨੇ ਵੀ ਠੀਕ ਹੈ ਅੱਜ ਇਹਦੇ ਤੇ ਭਰੋਸਾ ਕਰ ਲੰਦੇ ਆ ਵੀ ਪਿੰਡ ਉੱਥੇ ਪਾਣੀ ਪਚਾ ਦੂਗਾ ਫੇਰ ਤਾਂ ਅਸੀਂ ਮੰਨਾਂਗੇ ਠੀਕ ਹੈ ਨਾ ਵੀ ਬਾਕੀ ਸਾਨੂੰ ਕੋਈ ਕਿਸੇ ਤੇ ਸਰਪੰਚ ਤੇ ਜਾਂ ਪੰਚਾਇਤ ਵਾਲੇ ਖੜੇ ਸਾਰੇ ਖੜੇ ਨੇ ਠੀਕ ਹੈ ਨਾ ਸਾਡੇ ਭੈਣ ਭਾਈ ਨੇ ਆਪਾਂ ਨੂੰ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਅੱਜ ਤੱਕ ਕਰ 5 ਸਾਲ ਹੋ ਗਏ ਇੱਕ ਗੱਲ ਹੋਰ ਇਹ ਪੰਚਾਇਤੀ ਜ਼ਮੀਨ ਦੀ ਮਿੱਟੀ ਵੇਚੀ ਗਈ ਆ ਉਹਦੇ ਵਿੱਚ ਖੱਡੇ ਪਾਤੇ ਇਹਨਾਂ ਨੇ ਜ਼ਮੀਨ ਨੀਵੀਂ ਕਰਤੀ ਉਹ ਉਹਦੀਆਂ ਮਨਜ਼ੂਰੀਆਂ ਕਿਸੇ ਨੇ ਲੈਤੀ ਆ ਹੋਰ ਆ ਗਈ ਕਹਿੰਦੇ ਮਿੱਟੀ ਵੇਚਤੀ ਉਹਦੀ ਮਨਜ਼ੂਰੀ ਨਹੀਂ ਕਿਸੇ ਨੇ ਲੱਤੀ ਟੋਏ ਪਾਤੇ ਇਹ ਬਿਲਕੁਲ ਜੀ ਜਿਹੜੀ ਪਹਿਲਾਂ ਮਤਲਬ ਨਾਲ ਸਾਡੀਆਂ ਸੜਕਾਂ ਬਣੀਆਂ ਨੇ ਜੀ ਉਹਤੇ ਮਿੱਟੀ ਪਾਈ ਗਈ ਉਹ ਪੰਚਾਇਤੀ ਮਿੱਟੀ ਪਾਈ ਆ ਜੀ ਹਾਂਜੀ ਉਹ ਤਾਂ ਕਹਿੰਦੇ ਜੀ ਸੜਕਾਂ ਬਣੀਆਂ ਨੇ ਉਹਦੇ ਤੇ ਉਹ ਪਾਈ ਸੜਕਾਂ ਤੇ ਵੀ ਜੜੀਆਂ ਹੋਰ ਘਰਾਂ ਚ ਵੀ ਗਈਆਂ ਨੇ ਮਿੱਟੀਆਂ ਰਾਂਚ ਗਈਆਂ ਨੇ ਜੀ ਘਰਾਂ ਚ ਜਿਹੜਾ ਸਾਡੇ ਪਿੰਡ ਵਾਲੇ ਨੇ ਜੀ ਇਹ ਵੀ ਜਦ ਕੰਮ ਚੱਲਦਾ ਹੁੰਦਾ ਮਿੱਟੀ ਦਾ ਤਾਂ ਇੱਕ ਇੱਕ ਦੋ ਦੋ ਟਰਾਲੀਆਂ ਆਏ ਵੀ ਲਿਆਉਂਦੇ ਨੇ ਸਾਰਾ ਪਿੰਡ ਵਰਤਦਾ ਜੀ ਇਹ ਬਾਈ ਕਹਿੰਦਾ ਮੇਰੇ ਕੋਲ ਤਾਂ ਘਰ ਤੱਕ ਨਹੀਂ ਹੈਗਾ ਇੱਥੇ ਆਇਓ ਵੀਰੇ ਇਹ ਤਾਂ ਕੋਲੇ ਘਰ ਤੱਕ ਨਹੀਂ ਗਾ ਇਹਨਾਂ ਨੂੰ ਬਥੇਰਾ ਮੈਂਤਦਾਰੀ ਨਾਲ ਬੀਤੇ ਹਾਂ ਮੈਂ ਵੀ ਮੇਰਾ ਕੱਢ ਦੋ ਕੱਢ ਦੋ ਕੱਢ ਦੋ ਇਹਨਾਂ ਨੇ ਕਿਸੇ ਨੇ ਛਣਬਾਈ ਨਹੀਂ ਕਰਿਆ ਜਨਾਬ ਇਹਦੇ ਕੋਲ ਘਰ-ਬਾਰ ਸਾਰਾ ਕੁਝ ਸੀਗਾ ਜੀ ਇਹਨਾਂ ਨੇ ਨਾ ਇੱਕ ਮੈਂਸ ਖੋਲੀ ਸੀ ਚੋਰੀ ਤੋਂ ਜੀ ਉਸ ਚੋਰੀ ਨੂੰ ਨਬਟਾਉਣ ਲੱਗੇ ਹੀ ਇਹਦਾ ਘਰ-ਬਾਰ ਵਿਗ ਗਿਆ ਸਾਰਾ ਕੁਝ ਘਰ ਬੇਚ ਕੇ ਸੁੱਟਿਆ ਏ ਮੈਂਸ ਮੈਂ ਖੋਲੀ ਸੀ ਕਿਹਨੇ ਖੋਲੀ ਸੀ ਮੈਂਸ ਮੈਂ ਖੋਲੀ ਸੀ ਉਹ ਤਾਂ ਹੀ ਵਿਗਿਆ ਤੇਰਾ ਘਰ ਉਹ ਨਾ ਅਜੇ ਮੈਂ ਨਹੀਂ ਖੋਲੀ ਹੈ ਜੀ ਅਜੇ ਤੱਕ ਆਹੀ ਵੇਚਿਆ ਇਹਨਾਂ ਦਾ ਮਕਾਨ ਤਾਂ ਉਹਨਾਂ ਨੇ ਖੋਲਿਆ ਸੀ ਮੇਰੇ ਬੰਦੇ ਨੇ ਕਦੇ ਮੈਂ ਇਹ ਚਲੋ ਇਹ ਵੀ ਸਰਪੰਚ ਸਾਹਿਬ ਹੈ ਮੁੱਖ ਬੰਦਾ ਆਪਾਂ ਗੱਲ ਕੋਈ ਵੀ ਲਵੇ ਲਈਏ ਠੀਕ ਹੈ ਨਾ ਕਹਿਣ ਦਾ ਮਤਲਬ ਇਹ ਹੈ ਵੀ ਇਹਨੇ ਚੋਰੀ ਕੀਤੀ ਦਾਨ ਚ ਲੈ ਜਾਂਦੀ ਜੋ ਮਰਜ਼ੀ ਕੀਤੀ ਠੀਕ ਹੈ ਉਹਨੂੰ ਕਹੋ ਵੀ ਅੱਜ ਤੋਂ ਉਹ ਗਰੀਬ ਸਾਡਾ ਪੰਚਾਇਤ ਦਾ ਹੱਕ ਬਣਦਾ ਹਾਂ ਬੀਬੀ ਕੀ ਕਹਿੰਦੇ ਹੋ ਕੀ ਨਾਮ ਹੈ ਜੀ ਹਾਂ ਜੀ ਮੈਂ ਇਸ ਕਿਨੇ ਬੋਲਨੀ ਸੀ ਜੀ ਮੈਂ ਤਾਂ ਹੀ ਜਦੋਂ ਮੇਰਾ ਜੇਠ ਦੀ ਬੰਤ ਉਹਨੇ ਖੋਲੀ ਮੇਰੇ ਆਦਮੀ ਕਦੇ ਚੋਰੀ ਨਹੀਂ ਕਦੇ ਕਰੀ ਨਹੀਂ ਮਕਾਨ ਦਾ ਤਾਂ ਵਿਕ ਗਿਆ ਮਕਾਨ ਸਾਡੇ ਜੀ ਉਹਨੇ ਕਾਰਨ ਵਿਕੇ ਉਹਦੇ ਕਾਰਨ ਵਿਕੇ ਉਹਦੇ ਕਾਰਨੇ ਵਿਕੇ ਫਿਰ ਉਹੀ ਗੱਲ ਆਪਾਂ ਸੱਚ ਕਹਿ ਰਹੇ ਆਂ ਜੀ ਆਪਣੇ ਭਾਈ ਨੂੰ ਸੜਾਉਣ ਪਿੱਛੇ ਵਿਕ ਗਿਆ ਹਾਂਜੀ ਜੇਠ ਮੇਰਾ ਸੜਾਇਆ ਜੀ ਮੈਂ ਹਾਂਜੀ ਸੋ ਮਸਲੇ ਕਾਫੀ ਗੰਭੀਰ ਨੇ ਜੀ ਤੇ ਲੱਗੇ ਰਹੇ ਤਾਂ ਇਦਾਂ ਹੀ ਚੱਲੀ ਜਾਣਾ ਏ ਉੱਚ ਅਧਿਕਾਰੀ ਕੀ ਕਹਿੰਦੇ ਨੇ ਜਾਂਚ ਹੁੰਦੀ ਆ ਕੀ ਮਸਲਾ ਸਾਹਮਣੇ ਆਉਂਦਾ ਹਾਂਜੀ ਸਤਿ ਸ੍ਰੀ ਅਕਾਲ ਵੀਡੀਓ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਪੱਤਰਕਾਰ ਜੀ ਜੀ ਇਹ ਨਾ ਸਰ ਰਿਕਾਰਡ ਹੋ ਰਿਹਾ ਜੀ ਕਾਲ ਜੀ ਸਰ ਇੱਕ ਨਾ ਬਾਬਲਪੁਰ ਚ ਕੋਈ ਦਰਖਤ ਪੱਟਣ ਦਾ ਮਾਮਲਾ ਸਾਹਮਣੇ ਆਇਆ ਜੀ ਕਾਫੀ ਅਰੋਪ ਲੱਗ ਰਹੇ ਨੇ ਸਰਪੰਚ ਤੇ ਥੋੜਾ ਧਿਆਨ ਚਾ ਜੀ ਇਹ ਮਾਮਲਾ ਸਰ ਮੈਨੂੰ ਫੋਨ ਆਇਆ ਸੀ ਪਰ ਅਜੇ ਤੱਕ ਕੋਮ ਲੇਡ ਰਾਈਟਿੰਗ ਨਹੀਂ ਆਈ ਜੀ ਫੋਨ ਆਇਆ ਸੀ ਮੈਂ ਡਿਊਟੀ ਲਾ ਦਿੱ ਫੈਕਟਰੀ ਦੀ ਜੀ ਤੇ ਅੱਜ ਗਾਇਦੇ ਨੇ ਮੇਰਾ ਕਲਪਰਾਇਕਾ ਕੋਈ ਸਟੇਪ ਲੈ ਲਈ ਜੀ ਸਾਰੇ ਸਪੈਕਟਿਵ ਇਹ ਨਹੀਂ ਹੈ ਜਿਹੜੇ ਸਨ ਕਦੇ ਬਕਲ ਲਿਗਰ ਜੀ ਤੇ ਭਰਦੇ ਹਾਂ ਇੱਕ ਨਾ ਸਰ ਇੱਕ ਮਸਲਾ ਹੋਰ ਸਾਹਮਣੇ ਆ ਰਿਹਾ ਇਹ ਕਹਿੰਦੇ ਜੀ ਇਹ ਜਿਹੜਾ ਰੋਲਾ ਹੈ ਦਰਖਤਾਂ ਦਾ ਪੈਸਾ ਵੰਡਣ ਦੇ ਕਾਰਨ ਪਿਆ ਹੈ ਦੋ ਮੈਂਬਰਾਂ ਨੂੰ ਉਹਨਾਂ ਦਾ ਜਿਹੜਾ ਬਣਦਾ ਹਿੱਸਾ ਤੇ ਕਹਿੰਦੇ ਉਹ ਨਹੀਂ ਮਿਲਿਆ ਸਰਪੰਚ ਸਾਹਿਬ ਵੱਲੋਂ ਕਿਹਾ ਗਿਆ ਇਹ ਕਹਿੰਦੇ ਵੰਡ-ਵੰਡਈਏ ਕਰਕੇ ਗਾ ਪਿਆਈ ਅੰਤ ਹੈ ਸਾਰੇ ਪਿੰਡ ਵੱਲੋਂ ਤੇ ਕਵਰ ਕੀਤਾ ਅਸੀਂ ਪਿੰਡ ਦੇ ਵਿੱਚ ਵੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਜੀ ਕਿ ਜਾਂਚ ਕੀਤੀ ਜਾਵੇ ਪੈਸਾ ਨਹੀਂ ਲੱਗਿਆ ਜਿੰਨੀਆਂ ਵੀ ਜੀ ਜੀ ਧੰਨਵਾਦ ਜੀ ਜੀ ਹਾਂ ਜੀ ਇਹ ਸਨ ਬੀਡੀਪੀਓ प्रदीप ਕੁਮਾਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਰੀ ਜਿਹੜੀ ਵੀ ਹੈਗਾ ਇਹ ਮਸਲਾ ਤੇ ਦਰਕਤਾਂ ਵਾਲਾ ਵੀ ਧਿਆਨ ਚਾਚੇ ਜੋ ਪੈਸੇ ਦਾ ਗਵਨਾ ਪੈਸਾ ਵੰਡਣ ਦੀਆਂ ਗੱਲਾਂ ਹੋ ਰਹੀਆਂ ਨੇ ਉਹਦੀ ਵੀ ਕਹਿੰਦੇ ਜਾਂਚ ਆ ਜਿਹੜੀ ਜਰੂਰ ਕੀਤੀ ਜਾਊਗੀ ਜੋ ਦੋਸ਼ੀ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਕਦੋਂ ਕਾਰਵਾਈ ਹੁੰਦੀ ਆ ਕਦੋਂ ਜਿਹੜਾ ਦੋਸ਼ੀ ਆ ਉਹ ਸਾਹਮਣੇ ਆਉਂਦੇ ਨੇ ਕੀ ਗੱਲ ਆ ਸਾਰੀ ਇਹ ਤਾਂ ਆਉਣ ਵਾਲਾ ਟਾਈਮ ਹੈ ਦੱਸੂਗਾ ਫਿਲਹਾਲ ਬਨੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ